ਮੰਮੀ ਫਿਰ ਤੁਸੀਂ ਕਹੋਗੇ ਕਰਮਜੀਤ ਮੈਨੂੰ ਮਾੜਾ ਕਹਿੰਦੀ ਹੈਗੀ। ਮੇਰੀ ਗੱਲ ਸੁਣ ਲਓ, ਚਾਚੀ ਦੇਖ ਲਓ ਵਿਚਾਰੀ ਕਿਵੇਂ ਤੜਫ ਰਹੀ ਸੀ ਆਪਦੇ ਪੁੱਤ ਪਿੱਛੇ, ਉਹਨੂੰ ਤਾਂ ਦੇਖਣ ਨੂੰ ਉਹੀ ਸੀਗਾ। ਟੈਂਪੂ ਤੇ ਜਾਣਾ ਹੈ? ਮੈਂ ਤਾਂ ਤੁਰਿਆ ਨਹੀਂ ਜਾਂਦਾ। ਹਾਏ ਹਾਏ, ਕੋਈ ਨਾ ਪੁੱਤ, ਪੁੱਤ ਪਰ ਮੇਰੇ ਕੋਲ ਤਾਂ ਤੈਨੂੰ ਦਵਾਈ ਦਵਾਉਣ ਜੋਗੇ ਪੈਸੇ ਨਹੀਂ ਹੈਗੇ, ਆਪਾਂ ਟੈਂਪੂ ਤਾਂ ਕਿਵੇਂ ਵਗ ਜਾਂਗੇ। ਕਰਮਜੀਤ, ਹਾਂਜੀ ਮੈਂ ਮੰਮੀ। ਤਾਂ ਤੈਨੂੰ ਐ ਗਈ ਸੀਗੀ, ਸੁਨੇਹਾ ਕੱਢ ਦਿਆ ਕਰਕੇ ਝਾੜੂ। ਇਹ ਮੰਮੀ ਸਵੇਰੇ ਵੀ ਮਾਰਿਆ ਸੀ, ਪਤਾ ਨਹੀਂ ਕਿੱਥੋਂ ਮਿੱਟੀ ਆ ਜਾਂਦੀ ਹੈ, ਦੇਖੀ ਲੈ ਕਿੰਨੀ ਮਿੱਟੀਓ ਮਿੱਟੀ ਹੋਈ ਪਈ ਹੈ। ਹੋਰ ਹੁਣ ਧੂੜਾ ਜਿਹਾ ਚੜ ਜਾਂਦਾ ਮੈਨੂੰ ਤਾਂ। ਪਤਾ ਮੰਮੀ ਵੀ ਹੁਣ ਛਿੱਕਾਂ ਲੱਗ ਜਾਂਦੀਆਂ ਨੇ, ਹੁਣ ਦੱਸ ਕੀ ਕਰਾਂ, ਸਾਰਾ ਦਿਨ ਮਿੱਟੀ ਆਈ ਜਾਂਦੀ ਅੰਦਰ। ਇੱਧਰ ਆ ਵੀ ਨਾ, ਤੈਨੂੰ ਐ ਨਹੀਂ ਪਤਾ ਲੱਗਾ ਤੇਰੀ ਭਾਬੀ ਸੰਭਰੀ ਜਾਂਦੀ ਹੈ? ਦੇਖ ਪਹਿਲਾਂ ਵੀ ਰੇਤਾ ਇੰਨਾ ਨਾ ਸੀਗਾ, ਦੂਰੀ ਦੂਰੀ ਵਾਰ ਝਾੜੂ ਕੱਢਣਾ ਪੈਂਦਾ ਇਹਨੂੰ। ਤੋਈ ਹਾਂ ਭਾਬੀ ਝਾੜੂ ਮਾਰਦੀ ਪਈ ਆ। ਹੋਰ ਹੁਣ ਵੀਰਨ ਨੈਨੋ ਕੀ ਕਰਦੀ ਹੈਗੀ ਇਹ? ਮੇਰੀ ਚੱਪਲ ਗੰਦੀ ਐ। ਆ ਦੇਖ ਦੇਖ, ਨਹੀਂ ਸਾਫ ਹੀ ਹੈਗੀ, ਕੋਈ ਨਾ ਮੰਮੀ ਵਗ ਜਾਣ ਦੋ। ਇਹਦੇ ਤਾਂ ਰੋਜ਼ ਦਾ ਹੀ ਕੰਮ ਇਹੀ ਹੈਗਾ, ਆਪਾਂ ਸਫਾਈ ਕਰਦੇ ਰਹਿੰਦੇ ਆ, ਇਹ ਛਾਲਾ ਮਾਰਦਾ ਕਦੇ ਇੱਧਰ ਕਦੇ ਇੱਧਰ। ਭਾਈ ਜੇ ਤੂੰ ਕਹੇ ਤਾਂ ਮੈਂ ਚੱਪਲ ਬਾਹਰ ਲਾ ਦਿਆ ਕਰੂੰਗਾ। ਸਾਫ ਕਰਕੇ ਆ ਇਹਨੂੰ, ਚੱਲ ਜਾਂ ਤਾਈ, ਆਏ ਨਾ ਬੋਲਿਆ ਕਰ। ਹਾਂ ਚੱਲ ਚੱਲ, ਚਾੜ ਕੇ ਚੱਪਲਾਂ ਹੀ ਆਪਦੀਆਂ। ਬਣਿਆ ਬੋਲਣ ਦਾ, ਅਜੇ ਮੂਹਰੇ ਬੋਲਦਾ ਹੈਗਾ। ਮੰਮੀ ਫਿਰ ਕੀ ਹੋ ਗਿਆ? ਕਰਮਜੀਤ ਇਹ ਤਾਈ ਚਮੜਾਇਆ ਹੋਇਆਗਾ, ਮਾੜਾ ਮੋਟਾ ਟੋਕਦੀ ਹੋਵੇ ਨਾ ਇਹ ਤਾਈ। ਹਾਏ ਬੇ ਝਾੜਦੀ ਬੇ, ਤੂੰ ਹੁਣ ਉੱਤੇ ਝਾੜ ਦੇ ਮੇਰੇ ਘਰ ਦਾ। ਨਾ ਨਾ ਤਾਈ, ਹੁਣ ਝਾੜ ਗਈ ਨਹੀਂ ਤੇ ਮਾਰਾ ਹੈ ਜੀ ਕਰਦਾ ਨਾ ਤੇਰੇ। ਦੇਖ ਲੈ ਕੀ ਕਰਦਾ ਹੈਗਾ। ਮੰਮੀ ਪਤਾ ਹੀ ਹੈਗਾ ਵੀ ਇਹ ਤਾਂ ਕਿਹਾ ਜਾਏਗਾ, ਤੁਸੀਂ ਕਾਹਨੂੰ ਇਹਦੇ ਨਾਲ ਬੋਲਦੇ ਹੁੰਦੇ ਹੋਗੇ। ਨਹੀਂ ਕਰਮਜੀਤ, ਇਹਦੀਆਂ ਸ਼ਰਾਰਤਾਂ ਨਾ ਰੋਜ਼ ਰੋਜ਼ ਵੱਧਦੀਆਂ ਜਾਂਦੀਆਂ ਨੇ, ਕੀ ਕਰਾਂ, ਚੰਗਾ ਨਹੀਂ ਲੱਗਦਾ ਹੈਗਾ। ਮੰਮੀ ਚੰਗੇ ਨੂੰ ਕੀ ਹੈ, ਵਿਚਾਰਾ ਭੋਲ ਹੈਗਾ, ਇਹ ਤਾਂ ਤਾਈ ਤੇ ਇਹ ਤਾਂ ਜਮਾਂ ਹੀ ਨਹੀਂ ਬੋਲਦੇ ਹੈਗੇ, ਤੁਸੀਂ ਉਹ ਪਤਾ ਨਹੀਂ ਕਿਉਂ ਇਹਨਾਂ ਨੂੰ ਬੱਡੂ ਖਾਉ ਕਰੀ ਜਾਂਦੇ ਹੋਗੇ। ਆ ਮੇਰੀ ਗੱਲ ਸੁਣ ਲਾ, ਪਰਾਂ ਸੀਗੇ ਚੰਗੇ ਸੀ, ਆ ਹੁਣ ਸਿਰ ਤੇ ਬਿਠਾਏ ਆ ਨਾ, ਜਿਹੜਾ ਦੁੱਖ ਦਿੱਤਾ ਇਹਨਾਂ ਨੇ ਮੈਨੂੰ ਤਾਂ। ਮੰਮੀ ਵੈਸੇ ਇਹ ਉਹ ਆਪਣੇ ਕੋਲ ਕਾਹਤੇ ਰਹਿੰਦੇ ਹੈਗੇ? ਕੋਈ ਨਾ ਤੂੰ ਆਪਦਾ ਕੰਮ ਕਰ ਲਾ, ਫੇਰ ਦੱਸ ਦੂੰਗੀ ਤੈਨੂੰ, ਹੁਣ ਮੇਰਾ ਨਾ ਮਨ ਘਬਰਾਇਆ ਪਿਆ ਹੈਗਾ। ਫੇਰ ਵੀ ਮੰਮੀ ਪਤਾ ਤਾਂ ਲੱਗੇ ਨਾ ਮੈਨੂੰ। ਓਹੋ ਦੱਸ ਦੂੰ ਨਾ ਤੈਨੂੰ ਕਿਹਾ ਹੈਗਾ, ਦੁਖੀ ਕਰਦੇ ਹੁੰਦੇ ਸੀਗੇ, ਆਪਦੇ ਕੀਤੀਆਂ ਦੀ ਭੁਗਤਦੇ ਨੇ, ਹੋਰ ਕੀ। ਦੇਖੀ ਕਿਵੇਂ ਬੋਲਦੀ ਹੈ ਜਵਾਕ ਨੂੰ, ਦੱਸ ਐਂ ਨਹੀਂ ਸਮਝਦੀ ਹੈਗੀ ਵੀ, ਇਹ ਤਾਂ ਪਹਿਲਾਂ ਹੀ ਬੌਲਾ ਵਿਚਾਰਾ, ਪਹਿਲਾਂ ਹੀ ਰੱਬ ਦੀ ਬਥੇਰੀ ਮਾਰ ਪਈ ਵੀ ਹੈ, ਕੀ ਕਰਾਂ ਮੈਂ ਰੱਬਾ। ਮੰਮੀ ਹਾਂ ਪੁੱਤ, ਤੇਰੀ ਨਾ ਨੀਚੇ ਤਾਈ ਰਹਿੰਦੀ ਆ ਨਾ, ਉਹ ਮੈਨੂੰ ਡਾਂਟ ਰਹੀ ਆ। ਕੋਈ ਨਾ ਕੋਈ ਨਾ ਪੁੱਤ, ਮੇਰੀ ਗੱਲ ਸੁਣ, ਤੂੰ ਇੱਧਰ ਆ ਕੇ ਐ ਨਹੀਂ ਕਰ ਦਿੰਦੀ। ਕੋਈ ਨਾ ਮੇਰਾ ਬੱਚਾ, ਫਿਰ ਕੀ ਹੋ ਗਿਆ, ਤੇਰੀ ਤਾਈ ਹੈ। ਪੁੱਤ ਮੈਂ ਤੈਨੂੰ ਤਾਈ ਦਾ ਕਿੰਨੀ ਵਾਰ ਤਾਂ ਸਮਝਾਇਆ, ਪੁੱਤ ਤੇਰੀ ਤਾਈ ਯਾਰ ਤੇਰੀ ਤਾਈ ਦਾ ਮੁੰਡਾ ਆਪਾਂ ਨੂੰ ਨਹੀਂ ਜਰਦੇ ਬੱਚੇ, ਤੂੰ ਇਹੋ ਜਿਹਾ ਸ਼ਰਾਰਤਾਂ ਨਾ ਕਰਿਆ ਕਰ, ਜਿੱਥੋਂ ਉਹ ਦੁਖੀ ਹੋਣ, ਉਹ ਦੁਖੀ ਹੋ ਕੇ ਤਾਂ ਤੈਨੂੰ ਡਾਂਟਦੇ ਨੇ। ਮੰਮੀ ਮੈਂ ਨਾ ਬਾਹਰੋਂ ਖਿਣ ਕੇ ਆਉਂਦਾ ਸੀਗਾ, ਉਹ ਨਾ ਤਾਈ ਨੇ ਨਾ ਜਮਾਂ ਪੋਚਣ ਲੱਗੇ ਆ ਮੇਰੀ ਬਾਂਹ ਫੜ ਲਈ, ਕਹਿੰਦਾ ਤੂੰ ਨਾ ਗੰਦ ਪੋਈ ਜਾਂਦਾ, ਕਹਿੰਦਾ ਤੇਰੀ ਚੱਪਲਾਂ ਨੂੰ ਮਿੱਟੀ ਲੱਗੀ ਹੋਈ ਆ। ਤਾਈ ਮੈਨੂੰ ਡਾਂਟਦੀ ਸੀਗੀ, ਭਾਬੀ ਨਾ ਉਹਨੂੰ ਸਮਝਾ ਰਹੀ ਸੀਗੀ ਤਾਈ ਨੂੰ, ਤਾਈ ਫਿਰ ਵੀ ਨਾ ਹਟੇ। ਚੱਲ ਕੋਈ ਨਾ ਪੁੱਤ, ਮੈਂ ਵੀ ਸੁਣ ਲਿਆ ਤੀ, ਪਰ ਮੈਂ ਕੁਛ ਕਹਿ ਨਹੀਂ ਸਕਦੀ ਪੁੱਤ, ਪੁੱਤ ਆਪਣੇ ਮਾੜੇ ਕਰਮ ਨੇ, ਤਾਂ ਹੀ ਤਾਂ ਮੈਂ ਤੈਨੂੰ ਕਹਿ ਰਿਹਾ, ਤੂੰ ਇਹੋ ਜਿਹਾ ਕੁਛ ਨਾ ਕਰ ਪੁੱਤ, ਜਿਹੜੀ ਤੈਨੂੰ ਉਹ ਡਾਂਟਣ। ਪੁੱਤ ਇਹਨਾਂ ਦੇ ਕਰਮ ਸਿੱਧੇ ਨੇ,
ਆਪਣੇ ਮਾੜੇ ਕਰਮ ਨੇ ਪੁੱਤ, ਆਪਣੇ ਜਿਹੜਾ ਦੁੱਖ ਸੁੱਖ ਕੱਟਣਾ ਕੱਟਣਾ ਹੀ ਹੈ। ਤੂੰ ਮੇਰਾ ਸਿਆਣਾ ਪੁੱਤ ਬਣਦਾ। ਅੱਛਾ, ਉਹਨਾਂ ਨੂੰ ਤਾਂ ਆਇਆ ਵੀ ਇਹ ਬੌਲ ਇਹਨੂੰ ਬਸ ਦਾ ਪਤਾ ਨਹੀਂ ਹੈਗਾ। ਮੈਂ ਤਾਂ ਨਹੀਂ ਬੌਲੀ ਹੈਗੀ, ਐਂ ਤਾਂ ਮੈਨੂੰ ਪਤਾ ਲੱਗਦਾ ਵੀ ਜਿਹੜਾ ਕੋਈ ਮੇਰੇ ਬੌਲੇ ਪੁੱਤ ਨੂੰ ਕੁਛ ਕਹਿੰਦਾ ਇਹਦੀ ਕਿੰਨੀ ਨਕਾਦਰੀ ਕਰਦਾ। ਬਸ ਪੁੱਤ, ਟਾਈਮ ਕੱਟਣਾ ਪਊਗਾ ਉਸ ਪਰਮਾਤਮਾ ਦੇ ਅੱਗੇ। ਮੇਰਾ ਮਨ ਨਾ ਖਰਾਬ ਹੋਤਾ। ਮੰਮੀ ਮੰਮੀ, ਚੇਰੀ ਨਾ ਥੱਲੇ ਭਾਬੀ ਰਹਿੰਦੀ ਆ, ਉਹ ਬਹੁਤ ਸਾਊ ਹੈ। ਜੇ ਨਾ ਵੀਰਾ ਅਤੇ ਤਾਈ ਜੇ ਭਾਬੀ ਵਰਗੇ ਬਣ ਜਾਣਾ ਨਾ, ਫਿਰ ਆਪਣਾ ਸਾਰੇ ਇਕੱਠੇ ਰਹਿੰਦੇ ਅਤੇ ਵੀ ਆਪਣਾ ਪਿਆਰ ਬਣਿਆ ਰਹਿੰਦਾ। ਉਹ ਥੱਲੇ ਵਾਲੀ ਤਾਈ ਉਈਆਂ ਬੋਲੀ ਜਾਂਦੀ ਆ ਮੈਨੂੰ, ਅਤੇ ਮੈਂ ਕਿਹੜਾ ਕੁਛ ਕਹਿੰਦਾ ਤਾਈ ਨੂੰ। ਮੈਂ ਤਾਂ ਚੁੱਪ ਕਰਕੇ ਨਾ ਮੰਮੀ ਉੱਪਰ ਆ ਰਿਹਾ ਸੀਗਾ। ਚੱਲ ਚੰਗਾ ਪੁੱਤ, ਤੂੰ ਕੁਛ ਕਹੀ ਵੀ ਨਾ, ਪਰ ਇੱਕ ਗੱਲ ਆ ਪੁੱਤ, ਕਹਿਣ ਯਾਰ ਹੋਣੇ 'ਚ ਬਹੁਤ ਫਰਕ ਹੈ। ਐਂ ਤਾਂ ਮੈਨੂੰ ਪਤਾ ਉਹ ਤਾਂ ਕੁੜੀ ਚੰਗੇ ਘਰ ਦੀ ਹੈ, ਜਿਹੜੀ ਤੇਰੀ ਭਾਬੀ ਹੈ, ਚੰਗੇ ਖਾਨਦਾਨ ਦੀ ਹੈ। ਉਹਨੂੰ ਤਾਂ ਮੈਨੂੰ ਲੱਗਦਾ ਆਪਣੇ ਨਾਲ ਹਮਦਰਦੀ ਬਥੇਰੀ ਹੈ, ਪਰ ਉਹਦੀ ਸੱਸ ਨਹੀਂ ਕਿਸੇ ਚੱਜ ਦੀ। ਉਹਨੇ ਤਾਂ ਮੈਨੂੰ ਲੱਗਦਾ ਆਪਣੇ ਨਾਲ ਬੋਲਣ ਵੀ ਨਹੀਂ ਦੇਣਾ ਬਹੂ ਨੂੰ। ਉੱਪਰੋਂ ਉਹਦਾ ਮੁੰਡਾ ਦੇਖ ਲੈ, ਐਂ ਨਹੀਂ ਪਤਾ ਵੀ ਗੁਰਿੰਦਰ ਉਹਦੀ ਕੁੱਟਮਾਰ ਕਰ ਦੇਵੇ। ਤੂੰ ਚਾਚੀ ਉਹਨਾਂ ਨਾਲ ਕਾਹਤਾ ਹਮਦਰਦੀ ਕਰਦੀ ਹੈ। ਇਸ ਕਰਕੇ ਮੈਂ ਕਹਿੰਦਾ ਪੁੱਤ, ਆਪਾਂ ਨੇ ਤਾਂ ਟਾਈਮ ਕੱਟਣਾ। ਅੱਛਾ, ਕੁਛ ਨਾ ਕਹੀ ਕਿਸੇ ਨੂੰ। ਪੁੱਤ, ਜਦ ਤੈਨੂੰ ਐਂ ਕਰਦੇ ਨੇ ਮੇਰਾ ਬਹੁਤ ਦਿਲ ਦੁਖੀ ਹੁੰਦਾ। ਕੋਈ ਮਾਂ ਨਹੀਂ ਆਪਣੇ ਪੁੱਤ ਨੂੰ ਕੁਛ ਕਹਾ ਸਕਦੀ, ਚਾਹੇ ਕਿਸੇ ਮਾਂ ਦਾ ਪੁੱਤ ਬੌਲਾ ਚਾਹੇ ਸਿੱਧਰਾ। ਬਹੁਤ ਔਖਾ ਹੁੰਦਾ ਆਪਣੇ ਪੁੱਤ ਨੂੰ ਕਹਾਉਣਾ, ਪਰ ਹੁਣ ਕਰੀਏ ਵੀ ਕੀ, ਜਦ ਸਾਡੀ ਰੱਬ ਨੇ ਲਿਖਤ ਕਰ ਰਹੀ ਜੀ ਲਿਖਤੀ। ਮੇਰਾ ਪੁੱਤ, ਮੈਂ ਤਾਂ ਤੈਨੂੰ ਇਹ ਕਹੂੰਗੀ, ਸਿਆਣਾ ਬਣ ਜਾ ਬਸ। ਠੀਕ ਹੈ ਮੰਮੀ, ਮੰਮੀ ਜਿਵੇਂ ਤੁਸੀਂ ਕਹੋਗੇ ਨਾ ਮੈਂ ਉੱਦਾਂ ਹੀ ਮੰਨੂੰਗਾ, ਮੈਂ ਨਹੀਂ ਬੁਲਾਊਂਗਾ। ਮੰਮੀ ਇੱਕ ਗੱਲ ਕਹਾਂ, ਭਾਬੀ ਤਾਂ ਸਾਊ ਹੈ, ਉਹਨੀ ਤਾਂ ਬੁਲਾ ਸਕਦਾ ਮੈਂ। ਪੁੱਤ, ਐਂ ਨਾ ਹੋਵੇ ਕਿਤੇ ਤੂੰ ਭਾਬੀ ਨੂੰ ਬੁਲਾ ਲਵੇਂ, ਤੇਰੀ ਭਾਬੀ ਨਾਲੇ ਕਲੇਸ਼ ਕਰਨ ਲੱਗ ਜਾਣਾ। ਕੋਈ ਪਤਾ ਨਹੀਂ ਹੁੰਦਾ ਪੁੱਤ, ਉਹਨਾਂ ਨੇ ਜਾਣਨਾ ਨਹੀਂ ਹੈਗਾ ਕਿਸੇ ਹਾਲ 'ਚ ਵੀ। ਮੰਮੀ ਤੂੰ ਗੱਲ ਸਹੀ ਕਹਿ ਰਹੀ ਆ, ਜੇ ਮੈਂ ਭਾਬੂ ਨੂੰ ਬੁਲਾਉਣ ਲੱਗ ਗਿਆ ਨਾ, ਉਹ ਕਈ ਥੱਲੇ ਤਾਈ ਰਹਿੰਦੀ ਆ ਵੀਰਾ। ਹਾਂ ਕੁੱਤੂ ਆ, ਹਾਂ ਪੁੱਤ, ਨਾਲੇ ਤੈਨੂੰ ਬੁਰਾ ਭਲਾ ਬੋਲਣਗੇ, ਨਾਲੇ ਬਹੂ ਨਾਲ ਪ੍ਰੇਸ ਕਰਨਗੇ। ਇਸ ਕਰਕੇ ਪੁੱਤ ਬਸ ਸਬਰ ਕਰ, ਕਿਸੇ ਨੇ ਵੀ ਕੁਛ ਨਾ ਕਹਿ। ਠੀਕ ਆ ਮੰਮੀ, ਮੈਂ ਨਹੀਂ ਬੁਲਾਊਂਗਾ। ਅੱਛਾ, ਜੇ ਉਹਨਾਂ ਨੇ ਬੁਲਾਇਆ ਭਾਬੀ ਨੇ ਤਾਂ ਪੁੱਤ, ਮੇਰੀ ਗੱਲ ਸੁਣ ਪੁੱਤ, ਤਾਂ ਹਾਂਜੀ ਨਾ ਜੀ ਕੁਛ ਕਹਿੰਦੇ, ਹਾਂ ਭਾਬੀ ਜੀ ਕੀ ਕਹਿੰਦੇ ਹੋ, ਤਾਂ ਆਪਣੇ ਆਪ ਤਾਂ ਪੁੱਤ ਕੁਛ ਨਹੀਂ ਕਹਿਣਾ ਹੈਗਾ। ਠੀਕ ਆ, ਹਾਂ ਮੰਮੀ ਮੈਨੂੰ ਨਾ ਭੁੱਖ ਲੱਗੀ ਆ, ਰੋਟੀ ਦੇ ਦੇ ਜਾਂ ਕੋਈ ਖਾਣ ਨੂੰ ਦੇ ਦੇ। ਹਾਂ ਪੁੱਤ, ਮੈਂ ਤੈਨੂੰ ਦਿੰਦੀ ਹਾਂ ਰੋਟੀ, ਰੋਟੀ ਦਿੰਦੀ ਹਾਂ ਮੇਰੇ ਪੁੱਤ ਨੂੰ। ਠੀਕ ਆ, ਹਾਏ ਰੱਬਾ, ਇੱਕ ਤਾਂ ਉਹ ਭੁੱਖਾ ਤੀ ਵਿਚਾਰਾ, ਕਿਤੇ ਖੇਲ ਕੇ ਆਇਆ ਤੀ, ਕਿਵੇਂ ਚਿੰਬੜੀ ਆ ਉਹਨੂੰ ਚਾਰੇ ਪੈਰ ਲੈ ਕੇ। ਐਂ ਤਾਂ ਕੋਈ ਤੀਏ ਤਿੱਖਣੇ ਨਾਲ ਵੀ ਨਹੀਂ ਕਰਦਾ, ਫਿਰ ਵੀ ਤੂੰ ਉਹਦੀ ਤਾਈ ਆ ਸਕੀ, ਤੂੰ ਸਮਝਾ ਦੇ ਪਿਆਰ ਨਾਲ। ਬਹੂ ਵੀ ਤਾਂ ਵਿਚਾਰੀ ਕਿਸੇ ਚੰਗੇ ਢੰਗ ਨਾਲ ਬੋਲੇ ਰਹੀ ਤੀ, ਪਰ ਕਿਹੇ ਕੌਣ ਇਹਨਾਂ ਨੂੰ, ਜਦ ਹਮਦਰਦੀ ਉਹ ਨਹੀਂ ਹੈਗੀ। ਕਾਲੀ ਪੱਗ ਵੀ ਨਾ ਲੋਟ ਔਖੀ ਆਉਂਦੀ ਹੈਗੀ। ਚੱਲ ਠੀਕ ਹੈ, ਮੰਮੀ ਕੀ ਨਾਲ ਬੋਲ ਰਹੀ ਹੈਗੀ, ਨਾਲੇ ਕਿੰਨੀ ਵਾਰੀ ਕਿਹਾ ਮਾਤਾ ਉੱਚੀ ਨਾ ਬੋਲਿਆ ਕਰ, ਤੇਰਾ ਬੀ ਪੀ ਵੱਧਦਾ ਗਾ। ਚੱਲ ਠੀਕ ਹੈ ਯਾਰ, ਬੰਨ ਹੋ ਗਈ ਵਧੀਆ। ਵਿਚਾਰੀ ਨੂੰ ਸਾਰਾ ਦਿਨ ਘੂੜੀ ਦੇ। ਓ ਕਰਮਜੀਤ, ਕੀ ਗੱਲ ਹੋ ਗਈ, ਤੂੰ ਮੂੰਹ 'ਚ ਬੋਲੀ ਜਾਂਦੀ ਹੈ, ਉਹ ਮੰਮੀ ਉੱਚੀ ਬੋਲ ਰਹੀ ਹੈ, ਕੌਣ ਕੀ ਹੋ ਗਿਆ? ਕੀ ਦੱਸਾਂ ਜੀ, ਮੰਮੀ ਨਾ ਸਾਰਾ ਦਿਨ ਜੱਗੀ ਦੇ ਪਿੱਛੇ ਪਏ ਰਹਿੰਦੇ ਆ। ਦੱਸ ਭੋਲਾ ਹੈਗਾ ਉਹਦਾ ਵਿਚਾਰਾ? ਭੋਲਾ? ਉਹਦੇ ਵਰਗਾ ਚਲਾਕ ਨਹੀਂ ਹੈ ਕੋਈ। ਚਲਾਕ? ਵਿਚਾਰੇ ਨੂੰ ਉਹਨੂੰ ਦੁਨੀਆਦਾਰੀ ਦਾ ਤਾਂ ਪਤਾ ਨਹੀਂ, ਕਿੱਧਰੋਂ ਚਲਾਕ ਹੋ ਗਿਆ, ਉਹੀ ਮਾਰੀ ਜਾਂਦੇ ਤੁਸੀਂ ਤਾਂ। ਗੱਲ ਸੁਣ ਲੈ, ਤੈਨੂੰ ਉਹਦੇ ਬਾਰੇ ਪਤਾ ਨਹੀਂ ਹੈਗਾ, ਜੇ ਤੁਸੀਂ ਗੱਲਾਂ ਸੁਣੇ ਨਾ ਫਿਰ ਤੈਨੂੰ ਪਤਾ ਲੱਗੇ। ਜਿੰਨੇ ਮਰਜ਼ੀ ਹੱਕਾਂ ਮਾਰੀ ਜਾ, ਆਊਗਾ ਨਹੀਂ। ਮੜੀ ਜੀ ਕੰਨ 'ਚ ਨੂੰ ਗੱਲ ਕਹਿ ਲੈ, ਉੱਪਰੋਂ ਕਹਿ ਦੂਗਾ ਮੈਂ ਸੁਣ ਲਿਆ ਤੁਸੀਂ ਆਹ ਗੱਲ ਕਰਦੇ ਹੈ।
ਕਿੱਧਰ ਦੇ ਭੋਲਾ ਹੋ ਗਿਆ ਬਾਈ, ਚਲਾਕ ਹੈ, ਡਰਾਮੇ ਕਰਦਾ ਸਾਰੇ। ਜੇ ਇੰਨਾ ਚਲਾਕ ਹੁੰਦਾ ਨਾ ਤਾਂ ਉਹਨੂੰ ਦੁਨੀਆਦਾਰੀ ਦਾ ਪਤਾ ਹੁੰਦਾ, ਗੱਲਬਾਤ ਕਰਨੇ ਦਾ ਪਤਾ ਹੁੰਦਾ, ਹੁਣ ਤਾਂ ਵਿਚਾਰੇ ਦਾ ਕਾਸੇ ਦਾ ਪਤਾ ਹੀ ਨਹੀਂ ਹੈਗਾ। ਮੇਰੀ ਸੁਣ ਗੱਲ, ਤੂੰ ਨਾ ਤਰਸਣਾ ਬਹੁਤਾ। ਚਲਾਕ ਤਾਂ ਮੰਮੀ ਹੈਗੇ ਜਿਹੜੇ ਸਾਰਾ ਦਿਨ ਉਹਦੇ ਮਗਰ ਪਏ ਰਹਿੰਦੇ ਹੈਗੇ। ਮੰਮੀ ਚਲਾਕ ਨਹੀਂ ਹੈਗੀ, ਮੰਮੀ ਤਾਂ ਦੁਖੀ ਹੋਈ ਵੀ ਨਾ ਤੇ ਸਾਡੇ ਸਿਰ ਤੇ ਬੈਠ ਕੇ ਆ ਕੇ, ਹੈ ਇਹਦੇ ਬਾਪ ਦੀਆਂ ਕਰਤੂਤਾਂ ਸਹੀ ਹੁੰਦੀਆਂ ਨਾ ਆਪਦੇ ਘਰੇ ਬੈਠੇ ਹੁੰਦੇ। ਹਾਂਜੀ ਆਹ ਗੱਲ ਦੱਸੋ ਪਹਿਲਾਂ ਵੀ ਉਰੇ ਰਹਿੰਦੇ ਕਾਤੇ ਆ, ਪਹਿਲਾਂ ਮੈਂ ਮੰਮੀ ਨੂੰ ਵੀ ਪੁੱਛ ਕੇ ਆਈ ਆ, ਮੰਮੀ ਨੇ ਵੀ ਨਹੀਂ ਮੈਨੂੰ ਗੱਲ ਦੱਸੀ। ਰਹਿਣਾ ਕੀ ਹੈ, ਸਾਡੇ ਦਾਦੇ ਨੇ ਜ਼ਮੀਨ ਵੰਡ ਕੇ ਦੇਤੀ ਸਾਨੂੰ, ਠੀਕ ਹੈ, ਮੇਰੇ ਚਾਚੇ ਨੂੰ ਦੀ ਫੀਮ ਖਾਣ ਦੀ ਆਦਤ, ਸਾਰੀ ਜ਼ਮੀਨ ਫੀਮ ਚ ਲੰਘਾਤੀ, ਫਿਰ ਗਲ ਫੜਾ ਲੈ ਕੇ ਮਰ ਗਿਆ। ਹੈ ਇਹਨਾਂ ਦਾ ਕੋਈ ਹੈ ਨਹੀਂ ਸੀ, ਇਹ ਸਾਡੇ ਸਿਰ ਮੜਤੇ, ਜੇ ਬਾਅਦ 'ਚ ਪਤਾ ਲੱਗਿਆ ਜਿੱਥੇ ਰਹਿੰਦੇ ਤੇ ਉਹ ਵੀ ਵੇਚਿਆ ਹੋਇਆ ਤਾਂ ਉਹਨੇ ਅਗਲੇ ਨਾਲ ਖਾਲੀ ਕਰਾ ਲਿਆ ਕੇ, ਅਸੀਂ ਕੀ ਕਰਦੇ ਸੀ ਰੱਖ ਲਏ ਉੱਪਰ। ਆਹ ਜਿਹਨੂੰ ਤੂੰ ਸਾਊ ਕਹਿੰਦੇ ਆ, ਪਤਾ ਕਿੰਨੀ ਖਰਾਬ ਹੈ ਇਹ, ਲੋਕਾਂ ਤੋਂ ਪੈਸੇ ਲੈ ਲੈ ਖਾਂਦੀ ਰਹੀ ਹੈਗੀ, ਇਹ ਕੋਈ ਸਾਊ ਸੂ ਨਹੀਂ ਹੈਗਾ, ਇਹ ਤਾਂ ਆਪਦੇ ਕਰਮ ਭੋਗ ਰਹੇ ਹੈਗੇ। ਮੇਰੀ ਮਾਂ ਨੂੰ ਪਤਾ ਦੁਖੀ ਕਿੰਨਾ ਕਰੇ ਇਹਨੇ, ਮੇਰੀ ਮਾਂ ਘਰੋਂ ਕੱਢਣ ਵਾਲੀ ਕਰਤੀ ਤੀ ਚਾਚੀ ਨੇ, ਉਲਟ ਉਲਟ ਗੱਲਾਂ ਕਰ ਕਰਕੇ ਮੇਰੇ ਬਾਪ ਮੂਹਰੇ ਮੂਹਰੇ ਨਹੀਂ ਬੋਲਦੇ ਹੈਗੇ ਜਮਾਂ ਵੀ। ਫਿਰ ਹੁਣ ਕਿਆ ਬੋਲਣ ਮੂਹਰੇ, ਟਾਈਮ ਵੀ ਤਾਂ ਕੱਟਣਾ ਗਾ। ਟਾਈਮ ਤਾਂ ਠੀਕ ਹੈ, ਪਰ ਜੇ ਇੰਨੇ ਚੁਸਤ ਚਲਾਕ ਹੁੰਦੇ ਫਿਰ ਨਾ, ਮੈਂ ਨਹੀਂ ਮੰਨ ਲਈ ਆ ਗੱਲ। ਮੇਰੀ ਸੁਣ ਗੱਲ, ਜੋ ਸੱਚ ਤਾ ਤੈਨੂੰ ਦੱਸਤਾ, ਦਿਮਾਗ ਤੇ ਬੋਝ ਨਾ ਪਾ, ਜਦੋਂ ਬੰਦੇ ਦੇ ਨਾ ਆਖਰੀ ਟਾਈਮ ਹੁੰਦਾ ਬੰਦਾ ਫਿਰ ਭੋਲਾ ਹੀ ਬਣ ਕੇ ਰਹਿੰਦਾ ਹੁੰਦਾ, ਹੁਣ ਕਰੂ ਕਿਆ, ਜੇ ਆਕੜੂ ਇੱਥੋਂ ਵੀ ਜਾਊਗੀ। ਆਪਾਂ ਤਰਸ ਦੇ ਆਧਾਰ ਤੇ ਰੱਖੀ ਹੋਈ ਚਾਚੀ, ਪਰ ਜੋ ਚਾਚੀ ਨੇ ਕਰਿਆ ਨਾ ਸਾਡੇ ਨਾਲ, ਮੇਰੀ ਮਾਂ ਨਾਲ, ਮੈਂ ਤਾਂ ਬਾਰਸ ਨੇ ਬੈਠਣ ਦਾ ਵਾਂ, ਅਸੀਂ ਤਾਂ ਫਿਰ ਉੱਪਰ ਬਿਠਾਲੀ ਹੋਈ ਹੈ, ਪੂਰਾ ਕਰ ਦਿੱਤਾ ਹੋਇਆ ਉੱਪਰ ਬਣਾ ਕੇ ਇਹਨੂੰ। ਅੱਛਾ ਤੂੰ ਦਿਮਾਗ ਤੇ ਬੋਝ ਨਾ ਪਾ, ਬੰਦਾ ਨਾ ਕਰਮਾਂ ਦਾ ਫਲ ਇੱਥੇ ਭੁਗਤ ਕੇ ਜਾਂਦਾ, ਸਵਰਗ ਨਰਕ ਇੱਥੇ ਹੈ, ਹੁਣ ਨਰਕ ਭੋਗ ਰਹੀ ਹੈ ਉਹ, ਠੀਕ ਹੈ, ਸਾਡੀ ਤਾਂ ਮਜਬੂਰੀ ਬਣ ਗਈ ਉਹਨੂੰ ਬੋਲਣ ਦੀ, ਬਾਈ ਤੰਗ ਬਹੁਤ ਕਰਿਆ ਉਹਨੇ, ਇੰਨਾ ਕੁ ਸੀ ਮੈਂ ਅੱਖੀ ਦੇਖਦਾ ਹੁੰਦਾ ਸੀ ਮੈਂ ਮੇਰੇ ਘਰੇ ਕਿੰਨਾ ਕਲੇਸ਼ ਕਰਾ ਕੇ ਜਾਇਆ ਕਰਦੀ ਤੀ ਇਹ। ਕਮਾਲ ਹੈ ਤੇਰੇ ਵਾਲੀ, ਤੂੰ ਕੰਮ ਕਰ ਲਿਆ ਆਪਦਾ, ਇਹ ਗੱਲਾਂ 'ਚ ਨਾ ਪੈ, ਤੈਨੂੰ ਤਾਂ ਤੰਗ ਕਰਦਾ ਕੋਈ, ਹੋਰ ਹੋਰ ਲੈ ਹੈ ਕੱਪੜੇ ਚੱਕ ਲੈ ਅੰਦਰੋਂ ਜਾ, ਸਵਾਲ ਜਵਾਬ ਬਹੁਤੇ ਨਹੀਂ ਕਰਨ ਲੱਗ ਗਏ ਇਹ। ਗੱਲ ਕਰਦਾ ਮੰਮੀ ਨਾਲ, ਵੀ ਇਹਨੂੰ ਨਾ ਚਾਚੀ ਅਤੇ ਜੱਗੀ ਤੋਂ ਦੂਰ ਰੱਖਿਆ ਕਰ, ਕਿਤੇ ਹੋਰ ਸਿਆਪਾ ਖੜਾ ਕਰਦੇ, ਜਿਹੜੀ ਗੱਲ ਦਬੀ ਹੋਈ ਹੈ ਬਾਹਰ ਨਿਕਲਿਆ ਆਵੇ। ਮੈਂ ਕੀ ਕਰਦਾ ਸੀ, ਮੈਂ ਤਾਂ ਚਲਾਂ ਯਾਰ। ਪਤਾ ਨਹੀਂ ਕੀ ਗੱਲ ਹੈਗੀ, ਮੇਰਾ ਮਨ ਜਾਂ ਨਹੀਂ ਮੰਨ ਰਿਹਾ ਹੈਗਾ ਵੀ ਆਹ ਗੱਲ ਹੈਗੀ, ਨਹੀਂ ਇਹ ਨਾ ਝੂਠ ਬੋਲ ਰਹੇ ਹੈਗੇ, ਇੰਨੇ ਚੁਸਤ ਚਲਾਕ ਤਾਂ ਹੈ ਨਹੀਂ ਗਏ ਇਹ ਮਾਂ ਪੁੱਤ ਜਿੰਨੇ ਬਣਾ ਰਹੇ ਹੈਗੇ। ਮੰਮੀ ਤਾਂ ਨਾ ਜੱਗੀ ਨੂੰ ਦੇਖ ਕੇ ਰਾਜੀ ਨਹੀਂ ਹੈਗੀ, ਉਹਦੀ ਗਲ ਪੈ ਜੂ, ਉਹਦੀ ਗਲ ਪੈ ਜੂਗੀ, ਐਂ ਕਰਦੀ ਆ, ਦੇਖਦੀ ਹਾਂ ਪਹਿਲਾਂ ਮੰਮੀ ਨੂੰ ਪੁੱਛ ਕੇ ਵੀ ਇਹ ਗੱਲ ਸੱਚ ਹੈਗੀ ਜਿਹੜੀ ਇਹ ਕਹਿ ਰਹੇ ਹੈਗੇ। ਗੱਲਾਂ 'ਚ ਤਾਂ ਪੁੱਛੂਗੀ ਮੈਂ ਮੰਮੀ ਤੋਂ। ਇੱਧਰ ਆਵੇ ਮੁੰਡਿਆ, ਆ ਡੈਰੀ ਫੈਰੀ ਲਾ ਕੇ ਕਿੱਧਰ ਨੂੰ ਚੱਲਿਆ ਹੁਣ? ਉਹ ਮੰਮੀ ਤੇਜ਼ੀ ਨਾਲ ਚੱਲਿਆ ਮੈਂ ਤਾਂ, ਹੋਰ ਹੋਰ ਕੋਈ ਕੰਮ ਨਹੀਂ ਖੇਤ ਬੰਨੇ ਦਾ ਤੈਨੂੰ? ਖੇਤ ਜਾ ਤਾਂ ਆਇਆ ਸਵੇਰੇ, ਹੁਣ ਹੁਣ ਸਾਰੇ ਦੋਸਤ ਬੈਠੇ ਨਾਲ ਉੱਥੇ। ਚੱਲ ਚੰਗਾ ਜਾ ਆ। ਨਾਲੇ ਮੰਮੀ ਗੱਲ ਇੱਕ ਹੋਰ ਸੁਣ ਧਿਆਨ ਨਾਲ। ਹਾਂ ਕਰਮਜੀਤ ਹੈ ਨਾ, ਹਾਂ ਇਹਨੂੰ ਚਾਚੀ ਤੇ ਜੱਗੀ ਤੋਂ ਦੂਰ ਰੱਖ ਮਾੜਾ ਜਾ। ਆਹੋ ਮੈਨੂੰ ਵੀ ਪੁੱਛਦੀ ਸੀਗੀ ਸਵੇਰੇ, ਆ ਜਦੋਂ ਲੰਘਿਆ ਸੀਗਾ, ਇੱਕ ਤਾਂ ਸਾਰਾ ਦਿਨ ਇਹ ਲਹੂ ਪੀਂਦਾ ਗਾ, ਉੱਤੇ ਤਾਂ ਬਾਜਾਂ ਵੱਜੀ ਜਾਂਦੀ ਰਹਿੰਦੀਆਂ, ਵੱਲੀਆਂ ਵੱਲੀਆਂ ਰੌਲਾ ਪਾਉਂਦਾ। ਮੇਰੀ ਸੁਣ ਗੱਲ, ਦੂਰ ਰੱਖ, ਜੇ ਕੋਈ ਚਾਚੀ ਨੇ ਜਵਾਨ ਖੋਲਤੀ ਕਰਮਜੀਤ ਕੋਲ, ਹਾਂ ਸਮਝ ਲਈ ਗਿਆ ਹੋਊਗਾ। ਠੀਕ ਹੈ ਠੀਕ ਹੈ, ਸਹੀ ਗੱਲ ਹੈ ਤੇਰੀ, ਤਾਂ ਹੀ ਤਾਂ ਫਿਰ ਮੈਂ ਇੱਥੇ ਬਹਿ ਜਾਂਦੀ ਜਦੋਂ ਕੰਮ ਕਾਰ ਕਰਦੀ, ਕਿਤੇ ਤਾਂ ਹੀ ਨਾ ਚੜ੍ਹ ਜੀ। ਸਮਝ ਗਿਆ ਨਾ?
ਨਿਗਾਹ ਮੇਰੀ ਸਾਰੀ ਬਸ ਬਸ ਨਿਗਾਹ ਰੱਖੀ ਠੀਕ ਹੈ ਇਸ ਗੱਲ ਦੀ ਨਾ ਫਿਕਰ ਕਰਿਆ ਕਰ ਤੂੰ ਹਾਂ ਚਲ ਮੈਂ ਜਾਇਆ ਮੈਂ ਤੇਜੀ ਨਾਲ ਹੈ ਆਹੋ ਹਾਂ ਟਾਈਮ ਨਾਲ ਮੁੜੇ ਹੀ ਘਰੇ ਜਾ ਤਾਂ ਲੈਣ ਦੇ ਇੱਕ ਵਾਰੀ ਚੰਗਾ ਵਗ ਜਾ ਇਹਨੂੰ ਤਾਂ ਬਹਾਨਾ ਚਾਹੀਦਾ ਬਾਹਰ ਜਾਣ ਦਾ ਚੰਗੀ ਡੈਰੀ ਫੈਰੀ ਲਾ ਲੈਂਦਾ ਘਰ ਦੇ ਕੰਮਾਂ ਦੀ ਤਾਂ ਫਿਕਰ ਹੀ ਹੈ ਨਹੀਂ ਮੁੰਡੇ ਨੂੰ ਲੈ ਆ ਬੈਠੀ ਆ ਫੋਨ ਚਲਾਈ ਜਾਂਦੀ ਕੁੜੇ ਕਰਮਜੀਤ ਚਾਹੀ ਕੁੱਟ ਧਰ ਲਾ ਮੇਰਾ ਤਾਂ ਸਿਰ ਜਾ ਦੁਖੀ ਜਾਂਦਾ ਹੈਗਾ ਮੰਮੀ ਚਾਹ ਪੀਣੀ ਆ ਤੁਸੀਂ ਨੇ ਅਤੇ ਹੋਰ ਉਹਨਾਂ ਨੂੰ ਮੈਂ ਦੁੱਧ ਨੂੰ ਕਿਹਾ ਤੇ ਦੁੱਧ ਲੈ ਆਉਣ ਤਾਂ ਫਿਰ ਬਣਾ ਦਿੰਦੀ ਦੁੱਧ ਤਾਂ ਹੈ ਨਹੀਂ ਗਾ ਲੈ ਉਹ ਤੋਂ ਭਾਲਦੀ ਆ ਦੁੱਧ ਉਹ ਤਾਂ ਬਈ ਤਿਆਰੀ ਫੇਰੀ ਚੰਗੀ ਲਾ ਕੇ ਆਪਦੇ ਦੋਸਤ ਵੱਲ ਨਹੀਂ ਗਿਆ ਹੈਗਾ ਪਤਾ ਨਹੀਂ ਕਿਹੜਾ ਤੇਜੀ ਦੂਜੀ ਖਾਣੀ ਕਿਹੜਾ ਦੋਸਤ ਸੀਗਾ ਉਹਦੇ ਨਾਲ ਵੱਗ ਗਿਆ ਨਹੀਂ ਮੈਨੂੰ ਕਹਿ ਕੇ ਗਏ ਕਹਿੰਦੇ ਮੈਂ ਲੈ ਕੇ ਆਇਆ ਦੁੱਧ ਚੰਗਾ ਐਂ ਨਹੀਂ ਪਤਾ ਕਿੰਨਾ ਟਾਈਮ ਲਾ ਆਊਗਾ ਅਤੇ ਉਹ ਪਏ ਹੋਣਗੇ ਨਿੰਬੂ ਪਏ ਹੋਣਗੇ ਨਿੰਬੂ ਤਾਂ ਪਏ ਹੈਗੇ ਫਿਰ ਸਕੰਜ ਵੀ ਬਣਾ ਦੇ ਚਲ ਉਹ ਪੀ ਲਿਓ ਮੰਮੀ ਹੋਰ ਮੰਮੀ ਇਹਦਾ ਖੜਾ ਛੱਡਦਾ ਕਰ ਕਿਸੇ ਵੇਲੇ ਇਹ ਤਾਂ ਮੈਂ ਦੋ ਮਿੰਟ ਹੁਣੇ ਦੇਖਿਆ ਹੈਗਾ ਮੰਮੀ ਕੰਮ ਧੰਦਾ ਜਿਹਨੂੰ ਵੇੜ ਕੇ ਹਟੀ ਤੀ ਮੈਂ ਤਾਂ ਇਹ ਪੁੱਛਦੀ ਵੀ ਮੈਂ ਕਿਹਾ ਵੀ ਇਹ ਜੱਗੀ ਜੱਗੀ ਹੋਰੀ ਨੀਚੇ ਆ ਜਾਂਦੇ ਨੀਗੇ ਆਪਣੇ ਕਿਵੇਂ ਵੀ ਉਰੇ ਆ ਜਾਂਦੇ ਨੀਗੇ ਆਪਣੇ ਕੋਲ ਜੱਗੀ ਮਹਾਂ ਚੱਲ ਦੋ ਘੜੀ ਉਰੇ ਖੇਲ ਲਿਆ ਕਰੂਗਾ ਫਿਰ ਕੀ ਹੈ ਕੀ ਕਰਾਉਣਾ ਗਾ ਆ ਇੱਥੇ ਤੈਨੂੰ ਸਾਫ਼ ਸਫਾਈ ਚੰਗੀ ਨਹੀਂ ਲੱਗਦੀ ਆ ਇਹ ਨਹੀਂ ਪਤਾ ਗੱਦੀਆਂ ਗੁੱਦੀਆਂ ਜੇ ਕਿੱਧਰ ਮਾਰੇ ਦਿਮਾਗ ਦਾ ਉਹ ਹੌਲੀ ਹੈਗਾ ਅੱਛਾ ਹਾਂ ਪਰ ਮੰਮੀ ਮੈਂ ਇਹ ਕਹਿੰਦੀ ਤੀ ਵੀ ਇਹਦੇ ਜੱਗੀ ਦੇ ਡੈਡੀ ਨਾਲ ਹੋਇਆ ਕੀ ਤੀ ਤੂੰ ਹੜਦੀ ਨੀ ਬਾਰ ਬਾਰ ਪੁੱਛਣੋ ਮੈਨੂੰ ਮੰਮੀ ਉਬੜੇ ਚੁਬੜੀ ਜਿਹੀ ਲੱਗੀ ਪਈ ਹੈ ਵੀ ਹੋਇਆ ਕੀ ਤੀ ਇਹਦੇ ਡੈਡੀ ਨਾਲ ਹਨਾ ਮੈਂ ਦੱਸਦੀ ਹਾਂ ਤੈਨੂੰ ਨਾਲੇ ਉਰੇ ਕਾਹਤੇ ਰਹਿੰਦੇ ਨੇ ਗੇ ਇਹ ਆਪਣੇ ਕੋਲ ਫਿਰ ਆਪਾਂ ਆਪਦੇ ਘਰ ਕਾਹਤੇ ਰੱਖਿਆ ਹੋਇਆ ਇਹਨਾਂ ਨੂੰ ਕਿਤੇ ਹੋਰ ਭੇਜ ਦੂਜੇ ਸੁਣ ਇੰਨੀ ਚੰਗਾ ਨਹੀਂ ਲੱਗਦਾ ਹੈਗਾ ਜੱਗੀ ਕੀ ਕਰੀਏ ਮਜਬੂਰੀ ਹੈ ਨਹੀਂ ਕਿੱਥੇ ਇਹਨਾਂ ਨੂੰ ਲਿਆਉਣ ਦਿੰਦੀ ਸੀ ਮੈਂ ਇੱਥੇ ਰੱਖਦੀ ਸੀ ਸਰਾਣੇ ਆਪਦੇ ਇਹਦਾ ਪਿਓ ਸੀ ਨਾ ਜਿਹੜਾ ਜੂਆ ਖੇਡਦਾ ਸੀਗਾ ਥਾਂ ਥਾਂ ਦੇ ਤਾਂ ਉਹਨੇ ਪੈਸੇ ਸਿਰ ਚੜਾ ਲਏ ਜੂਆ ਹਾਂ ਜੂਆ ਖੇਡਦਾ ਸੀ ਅਤੇ ਫਿਰ ਲੋਕਾਂ ਨੇ ਝੰਬਤਾ ਇੱਕ ਦਿਨ ਕੁੱਟਿਆ ਮਾਰਿਆ ਮਰ ਗਿਆ ਫਿਰ ਹੋਰ ਕੀ ਭਾਂਡੇ ਵੀ ਵੇਚ ਆਉਂਦਾ ਸੀ ਇਹੋ ਜਿਹਾ ਸੀ ਕਲਸ਼ਣਾ ਇਹਦਾ ਪਿਓ ਅੱਛਾ ਹਾਂ ਲੱਗਦਾ ਤਾਂ ਹੈ ਨਹੀਂ ਚਾਚੀ ਦੇਖ ਕੇ ਨਹੀਂ ਚਾਚੀ ਵੀ ਨਹੀਂ ਉਦੋਂ ਤਾਂ ਕੁਛ ਕਹਿੰਦੀ ਸੀਗੀ ਉਦੋਂ ਤਾਂ ਇਹ ਵੀ ਐਂ ਸੀਗਾ ਵੀ ਚੱਲ ਕੋਈ ਨਾ ਚਾਰ ਪੈਸੇ ਹੇਰਾ ਫੇਰੀਆਂ ਨਾਲ ਘਰੇ ਲਿਆਉਂਦਾ ਹੈਗਾ ਆਹ ਸਾਰਾ ਕਰਨੀ ਭਰਨੀ ਦੇ ਫਲ ਇੱਥੇ ਹੀ ਹੈਗਾ ਤੂੰ ਐਂ ਦੇਖ ਲਾ ਚਾਚੀ ਤਾਂ ਤੇਰੀ ਥੱਲੇ ਆਉਂਦੀ ਨਹੀਂ ਹੈਗੀ ਐਂ ਵੀ ਨਹੀਂ ਹੈਗਾ ਪੂਰਾ ਕੰਮ ਕਰਾ ਦੇ ਤਾਂ ਹੀ ਬੈਠੀ ਰਹਿੰਦੀ ਹੈ ਹੁਣ ਘਰ ਵੀ ਨਹੀਂ ਕੋਈ ਇਹਨਾਂ ਨੂੰ ਦਿੰਦਾ ਤਾਂ ਕਰਕੇ ਤਾਂ ਬਿਠਾ ਲਏ ਆਪਾਂ ਅਗਲਾ ਆਖੂਗਾ ਵੀ ਸੋਡਿਆ ਨਾ ਮੈਂ ਬੁਲਾ ਲਿਆ ਕਰੂ ਇਹਨੂੰ ਐਂ ਤਾਂ ਚੱਲ ਆ ਜਾਇਆ ਕਰੂ ਨਾਲੇ ਕੰਮ ਧੰਦਾ ਕਰਾ ਦਿਆ ਕਰੂਗੀ ਮੇਰੇ ਨਾਲ ਕਿਹੜੇ ਕੰਮ ਕਰਾਉਣੇ ਆ ਕਰਮਜੀਤ ਤੂੰ ਹੋਰ ਨਾ ਗਾਹਾਂ ਵਧਿਆ ਕਰ ਮੇਰੀ ਗੱਲ ਸੁਣ ਨਹੀਂ ਮੈਂ ਤਾਂ ਇਹ ਕਹਿੰਦੀ ਤੇ ਦੋਏ ਉੱਪਰ ਰੋਟੀ ਪਕਾਉਂਦੇ ਨੇ ਉਰੇ ਪਕਾ ਲੀਆਂ ਆਪਦੀਆਂ ਖਾ ਲੀਆਂ ਫਿਰ ਤੂੰ ਹੀ ਤਾਂ ਵਗ ਜਾ ਤੂੰ ਹੀ ਇਹਨਾਂ ਦਾ ਸਮਾ ਰਿਆ ਕਰ ਬਾੜ ਲਾ ਉਹਨੂੰ ਰਸੋਈ 'ਚ ਕਾਹਨੂੰ ਸਰਦਾ ਨਾ ਤੇਰੇ ਹੱਥ ਟੁੱਟੇ ਹੋਏ ਨੇ ਤੈਥੋਂ ਨਹੀਂ ਹੁੰਦਾ ਕੰਮ ਕਰ ਨਾਲੇ ਬੋਲੋ ਨਾ ਸਿਰ ਚੜਾ ਉਹਨਾਂ ਨੂੰ ਮੰਮੀ ਮੈਂ ਤਾਂ ਵੈਸੇ ਹੀ ਗੱਲ ਕਰ ਰਹੀ ਸੀਗੀ ਨਹੀਂ ਨਹੀਂ ਤੈਨੂੰ ਜ਼ਿਆਦਾ ਹੀ ਹੇਜ ਮਾਰਦਾ ਜੇ ਤੈਨੂੰ ਜ਼ਿਆਦਾ ਹੇਜ ਮਾਰਦਾ ਨਾ ਤਾਂ ਹੀ ਜਾ ਕੇ ਰਹਿ ਲਾ ਉਹਨਾਂ ਕੋਲੇ ਉੱਥੇ ਪਕਾ ਖਾ ਲਿਆ ਕਰੀ ਨਾਲੇ ਤੇਰੀ ਮੱਤ ਵਾਲੀ ਮਿਲੂਗੀ ਉਹਨਾਂ ਨਾਲ ਮੰਮੀ ਤੁਸੀਂ ਤਾਂ ਉਈ ਕਰੀ ਜਾਂਦੇ ਹੋਗੇ ਮੈਂ ਤਾਂ ਵੈਸੇ ਹੀ ਗੱਲ ਕਰਕੇ ਦੇਖ ਲਈ ਤੀ ਹਾਂ ਉਈ ਕਰੀ ਜਾਂਦੇ ਮੈਂ ਬਣਾ ਦਿੰਦੀ ਹਾਂ ਨਿੰਬੂ ਪਾਣੀ ਇਹ ਬਾਲੇ ਨਹੀਂ ਪੀਤ ਜੇ ਲੈਂਦੀ ਹੈਗੀ ਕਦੇ ਕਿਵੇਂ ਕਦੇ ਕਿਵੇਂ ਦੱਸ ਤਾਂ ਕੀ ਲੈਣਾ ਕਿਵੇਂ ਬੈਠੇ ਹੈਗੇ ਬੈਠੇ ਤਾਂ ਹੈਗੇ ਆ ਨਾ ਹੁਣ ਬੋਲਣੋਂ ਨਹੀਂ ਹਟਦੇ ਹੈਗੇ ਜੇ ਮੈਂ ਮਾੜੀ ਜਿਹੀ ਗੱਲ ਪੁੱਛ ਲਈ ਉੱਪਰ ਹੀ ਵਗ ਜਾ ਕਹਿੰਦੀ ਪਰ ਬੋਲ ਤਾਂ ਮੰਮੀ ਵੀ ਝੂਠ ਰਹੀ ਹੈਗੀ ਇਹ ਕੁਛ ਹੋਰ ਕਹਿ ਰਹੇ ਤੇ ਮੰਮੀ ਕੁਛ ਹੋਰ ਕਹਿ ਰਹੀ ਹੈਗੀ ਗੱਲ ਤਾਂ ਨਾ ਕੋਈ ਹੋਰ ਹੈ
ਜਦ ਇਹ ਪਰਾਂ ਉਰਾਂ ਹੋਏ ਨਾ ਉੱਪਰ ਜਾ ਕੇ ਚਾਚੀ ਨੂੰ ਪੁੱਛ ਕੇ ਆਊਂਗੀ ਇਹਨਾਂ ਬਾਰੇ। ਇਹਨਾਂ ਦੀਆਂ ਗੱਲਾਂ 'ਤੇ ਤਾਂ ਮੈਨੂੰ ਯਕੀਨ ਹੈ ਨਹੀਂ ਗਾ, ਇਹ ਕੁਛ ਹੋਰ ਬੋਲਦੇ ਆ, ਮੰਮੀ ਕੁਛ ਹੋਰ ਬੋਲਦੀ ਹੈ, ਸੁਣ ਵੀ ਨਾ ਲਵੇ ਕਿਤੇ, ਆ ਕੇ ਚਿੰਬੜ ਜੇ ਭਰਿੰਡਾ ਮੰਗੋ, ਨਿੰਬੂ ਪਾਣੀ ਬਣਾ ਕੇ ਦੇ ਦਾਂ। ਫਿਰ ਧੁੱਪ ਲੱਗਦੀ ਆ, ਮੈਂ ਅੰਦਰ ਨਾ ਜਾ ਬੈਠਦਾ। ਕਿੰਨੀ ਗਰਮੀ ਆ। ਲੱਗਦਾ ਮੈਨੂੰ ਨਾ ਬੁਖਾਰ ਚੜੂਗਾ, ਮੈਂ ਭੱਜ ਕੇ ਆਇਆ ਨਾ ਤਾਂ ਗਰਮੀ। ਗਰਮੀ ਉੱਪਰੇ ਇੰਨਾ ਪਸੀਨਾ ਆ ਗਿਆ। ਗਰਮੀ ਹੈ ਜੱਗੀ, ਤੂੰ ਉਰੇ ਪਿਆਂਗਾ, ਕੀ ਹੋ ਗਿਆ? ਹਾਂ ਭਾਬੀ, ਭਾਬੀ ਮੈਨੂੰ ਲੱਗਦਾ ਨਾ ਬੁਖਾਰ ਚੜੂਗਾ। ਬੁਖਾਰ ਹੋ ਗਿਆ? ਹਾਂ ਤੂੰ ਤਾਂ ਭੁੱਖਿਆ ਪਿਆ, ਸਾਰਾ ਦਿਨ ਧੁੱਪਾਂ ਚ ਨਾ ਫਿਰਿਆ ਕਰ, ਤਾਂ ਹੀ ਬੁਖਾਰ ਹੋ ਗਿਆ ਤੈਨੂੰ। ਐਂ ਕਰ ਪਾਣੀ ਲਿਆ ਕੇ ਦੇਵਾਂ ਤੈਨੂੰ? ਭਾਬੀ ਪਾਣੀ, ਭਾਬੀ ਐਂ ਕਰੀ ਪਾਣੀ ਨਾ ਇੰਨੀ ਸਾਰੀ ਬਰਪਾ ਦੇ, ਠੰਡਾ ਠੰਡਾ ਪਾਣੀ ਪੀ। ਠੰਡਾ ਪਾਣੀ ਪੀ ਕੇ ਨਾ ਜ਼ਿਆਦਾ ਬਿਮਾਰ ਹੋ ਜਾਏਗਾ, ਮੈਂ ਤੇਰੇ ਵਾਸਤੇ ਪਾਣੀ ਲੈ ਕੇ ਨੋਰਮਲ, ਠੀਕ ਹੈ? ਅੱਛਾ ਭਾਬੀ, ਹੋਰ ਇੰਨਾ ਬੁਖਾਰ ਹੋ ਜੂ ਫਿਰ ਤੈਨੂੰ? ਜੇ ਮੈਂ ਠੰਡਾ ਪਾਣੀ ਪੀਊਗਾ ਤਾਂ ਮੈਨੂੰ ਇੰਨਾ ਬੁਖਾਰ ਹੋ ਜੂਗਾ। ਹੋਰ ਮੈਂ ਪਾਣੀ ਲੈ ਕੇ। ਠੀਕ ਆ ਭਾਬੀ। ਭਾਬੀ ਕਹਿੰਦੀ ਇੰਨਾ ਠੰਡਾ ਪਾਣੀ ਨਾ ਪੀ, ਤੈਨੂੰ ਨਾ ਬੁਖਾਰ ਹੋ ਜੂਗਾ। ਭਾਬੀ ਭਾਬੀ ਕਿੰਨੀ ਸਾਊ ਆ। ਲੈ ਆਹ ਪਾਣੀ ਪੀ ਤੂੰ। ਦੇ ਦੇ ਭਾਬੀ, ਪੀ ਜਾ ਸਾਰਾ। ਬਸ ਬਚ ਭਾਬੀ, ਐਂ ਕਰ ਹੁਣ ਪੈ ਜਾ। ਨਾ ਉਰੇ ਨਾ ਪਏ ਤੂੰ ਭਾਬੀ, ਉੱਪਰ ਜਾ ਕੇ ਪੈ ਜਾ, ਦੇਖੀ ਉਰੇ ਤਾਂ ਕਿੰਨੀ ਧੁੱਪ ਆ ਰਹੀ ਹੈ, ਤੂੰ ਹੋਰ ਬਿਮਾਰ ਹੋ ਜਾਏਗਾ। ਠੀਕ ਆ ਭਾਬੀ, ਮੈਂ ਨਾ ਉੱਪਰ ਜਾ ਕੇ ਸੋ ਜਾਊਂਗਾ ਮੰਮੀ ਕੋਲ। ਪੱਖਾ ਲਾ ਕੇ ਪੈ ਜਾ ਦੇਖੀ ਉੱਪਰ, ਨਹੀਂ ਤਾਂ ਮੈਂ ਤੈਨੂੰ ਉਰੇ ਪਾ ਲੈਂਦੀ, ਤੈਨੂੰ ਪਤਾ ਤੇਰੇ ਤਾਈ ਘਰ ਹੈਗੀ। ਹਾਂ ਉੱਪਰ ਪੈ ਜਾ ਜਾ ਕੇ। ਭਾਬੀ ਵੀਰਾ ਵੀ ਘਰ? ਨਾ ਵੀਰਾ ਤਾਂ ਤੇਰਾ ਗਿਆ ਹੋਇਆ, ਤਾਈ ਹੈ ਤੇਰੇ ਘਰੇ, ਫਿਰ ਤੈਨੂੰ ਬੋਲੂਗੀ, ਹੋ ਗਈ ਮੇਰੇ ਮੰਜੀ ਦੇ ਬਹਿ ਗਿਆ। ਠੀਕ ਆ ਭਾਬੀ, ਮੱਪੜ ਜਾਂਦਾ ਨਹੀਂ ਤਾਈ ਬੋਲੂਗੀ। ਭਾਬੀ ਤੂੰ ਵੀ ਜਾ ਅੰਦਰ, ਤੈਨੂੰ ਨਾ ਬੋਲੇ ਤਾਈ। ਨਹੀਂ ਨਹੀਂ ਤੂੰ ਪੈ ਜਾ, ਜਾ ਕੇ ਪੱਖਾ ਲਾ ਕੇ ਪੈ ਜਾਈ। ਚੰਗਾ ਠੀਕ ਆ ਭਾਬੀ, ਗੋਲੀ ਗਾਲੀ ਲੈ ਲਈ ਕੋਈ? ਚੰਗਾ ਪੈ ਜਾ। ਵਿਚਾਰਾ ਕੀ ਹੈ ਵੀ, ਰੱਬ ਦਾ ਬੰਦਾ ਹੀ ਹੈ ਵਿਚਾਰਾ। ਫੰਡੇ ਤਾਂ ਚੱਲ ਚੱਕੀਏ ਗੇ, ਮੁੱਕਿਆ ਕੰਮ ਪਰਾਂ। ਜੱਗੀ ਕੀ ਗੱਲ ਹੋ ਗਈ ਪੁੱਤ, ਕੀ ਹੋ ਗਿਆ? ਮੰਮੀ ਹਾਏ ਹਾਏ, ਕੀ ਹੋ ਗਿਆ? ਚੱਕਰ ਆ ਰਹੇ ਹੈ। ਹਾਏ ਹਾਏ, ਕੋਈ ਨਾ ਬੈਠ 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 ਕੇ ਬੈਠ ਪੁੱਤ, ਕੀ ਹੋ ਗਿਆ? ਕੱਦਾ ਕੰਮ ਵਾਰ ਹੋਇਆ ਪੇਕਣਾ, ਕੀ ਹੋ ਗਿਆ ਪੁੱਤ? ਮੈਂ ਮੰਮੀ ਤੁਰ ਕੇ ਆ ਰਿਹਾ ਸੀ। ਹਾਏ ਹਾਏ, ਮੈਨੂੰ ਕਹਿੰਦਾ ਚੱਕਰ ਆ ਗਿਆ। ਕੋਈ ਨਾ ਹੋ ਜਾਣਾ ਠੀਕ। ਤੂੰ ਤਾਂ ਕਿਵੇਂ ਤਪਦਾ, ਤੈਨੂੰ ਤਾਂ ਬੁਖਾਰ ਹੋਇਆ ਪਿਆ ਲੱਗਦਾ। ਲੈ ਪੁੱਤ ਪੈ, ਮੈਂ ਦੇਖਾਂ ਕੋਈ ਗੋਲੀ ਦਵਾਂ ਤੈਨੂੰ ਦੇਖ ਕੇ।
ਗੋਲੀ ਦੇਖਾ ਕੋਈ ਮੂੰਹ ਸਾਡੇ ਤੱਕ ਕੋਈ ਗੋਲੀ ਵੀ ਨਹੀਂ ਹੈਗੀ ਹਾਏ ਮੰਮੀ ਪੁੱਤ ਤੈਨੂੰ ਤੇਜ਼ ਬੁਖਾਰ ਆ ਕੋਈ ਨਾ ਕੋਈ ਨਾ ਮੈਂ ਕੀ ਕਰਾਂ ਹੁਣ ਮੈਂ ਨੀਚੇ ਪੁੱਛ ਕੇ ਆਉਣੀ ਆ ਮੈਂ ਪੁੱਤ ਤੇਰੀ ਤਾਈ ਕੇ ਪੁੱਛ ਕੇ ਆਉਣੀ ਆ ਅੱਛਾ ਪਰਮਜੀਤ ਰੱਖਦੀ ਆ ਗੋਲੀਆਂ ਬੁਖਾਰ ਖੁਰਦੀਆਂ ਮੈਂ ਲੈ ਕੇ ਆਉਣੀ ਆ ਮੂੰਹ ਮੈਂ ਮਰ ਜਾ ਮੁੰਡੇ ਨੂੰ ਕਿਵੇਂ ਪੰਜ ਭੱਟ ਬੁਖਾਰ ਚੜਿਆ ਪਿਆ ਲੈ ਕੇ ਆਉਣੀ ਆ ਮੈਂ ਗੋਲੀ ਪੁੱਤ ਕੋਈ ਦੱਸ ਚੰਦਰੇ ਨੂੰ ਕਿੰਨਾ ਬੁਖਾਰ ਚੜਿਆ ਪਿਆ ਕਿਵੇਂ ਤੜਫਦਾ ਜੇ ਦੇਣਗੇ ਗੋਲੀ ਤਾਂ ਏ ਪੁੱਛ ਕੇ ਤਾਵਾਂ ਬੁਖਾਰ ਵੀ ਬਹੁਤ ਹੀ ਤੇਜ਼ ਚੜ ਗਿਆ ਮੇਰਾ ਤਾਂ ਆਪ ਬੁਰਾ ਹਾਲ ਹੋਇਆ ਪਿਆ ਭੈਣੇ ਭੈਣੇ ਮੇਰੀ ਗੱਲ ਸੁਣਿਆ ਆ ਜਾਓ ਅੰਦਰ ਆ ਜਾਓ ਚਾਚੀ ਜੀ ਦੇਖੀ ਕਰਮੀ ਤਾਂ ਨਹੀਂ ਮੇਰੇ ਅੰਦਰ ਹੀ ਆ ਜਾਂਦਾ ਪੁੱਤ ਮੈਥੋਂ ਕਿਉਂ ਮੈਂ ਐਂ ਪੁੱਛਦੀ ਸੀ ਕੋਈ ਗੋਲੀ ਹੈਗੀ ਬੁਖਾਰ ਦੀ ਗੋਲੀ ਤਾਂ ਹੈਗੀ ਆ ਆ ਜਾਓ ਅੰਦਰ ਆ ਜਾਓ ਮਾੜੀ ਜਿਹੀ ਹਵਾ ਲੈ ਲਓ ਦੱਸ ਕਿਵੇਂ ਗਰਮੀ ਗਰਮੀ ਹੋਏ ਪਿਓ ਦੇਖੀ ਮੈਂ ਤਾਂ ਆਪ ਨਹੀਂ ਠੀਕ ਹੈਗੀ ਜੱਗੀ ਨੂੰ ਨਾ ਬਹੁਤ ਹੀ ਤੇਜ਼ ਬੁਖਾਰ ਚੜਿਆ ਹੋਇਆ ਬੁਖਾਰ ਤਾਂ ਬਹੁਤ ਹੋ ਰਿਹਾ ਚਾਚੀ ਮੈਂ ਵੀ ਉਰੇ ਉਹਨੂੰ ਪਾਣੀ ਪਿਲਾ ਕੇ ਭੇਜਿਆ ਤੀ ਮੈਂ ਤੂੰ ਪੈ ਜਾ ਪੱਖੇ ਥੱਲੇ ਜਾ ਕੇ ਅੱਛਾ ਅੱਛਾ ਹੋਰ ਚੱਲ ਚੰਗਾ ਕਰਿਆ ਇੱਕ ਦਾ ਨਾ ਉਹ ਧੁੱਪ 'ਚ ਵਾਲਾ ਫਿਰਦਾ ਤੁਸੀਂ ਧੁੱਪ 'ਚ ਨਾ ਉਹਨੂੰ ਭੇਜਿਆ ਕਰੋ ਬਸ ਪੁੱਤ ਤੈਨੂੰ ਪਤਾ ਤਾਂ ਹੈਗਾ ਦੇਖੀ ਉਹਦੀ ਮੱਤ ਮੋਟੀ ਵਾ ਮੈਂ ਕੀ ਕਰਾਂ ਚੱਲ ਕੋਈ ਨਾ ਆ ਜਾ ਚਾਚੀ ਅੰਦਰ ਆ ਜਾ ਨਹੀਂ ਬਸ ਮੈਨੂੰ ਲੂਰ ਦੇਖੀ ਉਰੀ ਫੜਾ ਦੇ ਗੋਲੀ ਜੇ ਕੋਈ ਹੈਗੀ ਬਹੁਤ ਬੁਖਾਰ ਹੋਇਆ ਪਿਆ ਮੇਰੇ ਪੁੱਤ ਨੂੰ ਆ ਜਾ ਚਾਚੀ ਮਾੜੇ ਜਿਹਾ ਉਰੇ ਤਾਂ ਆ ਜਾ ਹਵਾ ਲੈ ਲਈ ਕੋਈ ਨਾ ਮੈਥੋਂ ਤਾਂ ਦੇਖਿਆ ਨਹੀਂ ਗਿਆ ਸੱਚੀ ਇੰਨਾ ਤੇਜ਼ ਬੁਖਾਰ ਆ ਜਵਾਕ ਹੋਰ ਬਹੁਤ ਹੋ ਰਿਹਾ ਹੁਣ ਤਾਂ ਹੋਰ ਕੋਈ ਨਾ ਮੈਂ ਗੋਲੀ ਦਿੰਦੀ ਹਾਂ ਐਂ ਕਰੋ ਤੁਸੀਂ ਬਹਿ ਜਾਓ ਹਵਾ ਲੈ ਲਓ ਕੋਈ ਨਾ ਪੁੱਤ ਤੂੰ ਮੈਨੂੰ ਗੋਲੀ ਦੇ ਦੇ ਬਹੁਤ ਤੜਫਦਾ ਸੱਚੀ ਉਹ ਤਾਂ ਠੀਕ ਹੈ ਦਿੰਦੀ ਹਾਂ ਚੱਲ ਚੰਗਾ ਮਿਲ ਗਈ ਗੋਲੀ ਲੈ ਜਾਂਦੀ ਬੁਖਾਰ ਦੀ ਗੋਲੀ ਹੈਗੀ ਇਹ ਚਲੋ ਤਾਂ ਬੁਖਾਰ ਉਤਰ ਜਾਊਗਾ ਪੁੱਤ ਹਾਂ ਗੋਲੀ ਦੇ ਦਿਓ ਕੀ ਗੱਲ ਆ ਕੀ ਗੱਲ ਹੈਗੀ ਸਾਰਾ ਪੱਟਾ ਫੜਾਈ ਜਾਂਦੀ ਹੈਗੀ ਦੇਖੀ ਭੈਣੇ ਜੱਗੀ ਨੂੰ ਨਾ ਬਹੁਤ ਤੇਜ਼ ਬੁਖਾਰ ਹੋਇਆ ਵਾ ਤੈਨੂੰ ਐਂ ਪਤਾ 10 ਰੁਪਏ ਦਾ ਪੱਤਾ ਆਉਂਦਾ ਹੈਗਾ ਮੰਮੀ ਇੱਕ ਤਾਂ ਗੋਲੀ ਹੈ ਇਹਦੇ ਵਿੱਚ ਦੇ ਲੈ ਜਾਣਾ ਮੇਰੀ ਗੱਲ ਸੁਣ ਲੈ ਲੋੜ ਪੈ ਜਾਂਦੀ ਅੱਧੀ ਰੱਖ ਲੈ ਚੋ ਨਾਲੇ ਉਹ ਤਾਂ ਪਖੰਡ ਬਹੁਤ ਕਰਦਾ ਹੈਗਾ ਅੱਜ ਮੈਂ ਇਹਨੂੰ ਆਖਾ ਮਾੜਾ ਮੋਟਾ ਖੇਤ ਬੰਨੇ ਵਗ ਜਾ ਮੁੰਡੇ ਨਾਲ ਗਏ ਹੀ ਨਹੀਂ ਅਖੇ ਮੇਰੇ ਤਾਂ ਸਿਰ ਦੁਖਦਾ ਤੇ ਧੁੱਪੇ ਸ਼ਾਮੀ ਇੰਨਾ ਤੁਰਿਆ ਫਿਰਦਾ ਬਾਲੇ ਪਖੰਡ ਕਰਦਾ ਤੇਰਾ ਮੁੰਡਾ ਤਾਂ ਨਹੀਂ ਭੈਣੇ ਉਹਨੂੰ ਨਾ ਵਿਚਾਰੇ ਨੂੰ ਦੇਖੀ ਇੰਨਾ ਪਤਾ ਨਹੀਂ ਹੈਗਾ ਹੁਣ ਤਾਂ ਉਹ ਬਿਮਾਰ ਹੈ ਸੱਚਿਓ ਉਹ ਤਾਂ ਬਹੁਤ ਤੜਫਦਾ ਜਾ ਕੇ ਦੇਖ ਤੂੰ ਨਹੀਂ ਰਹਿਣ ਦਿਆ ਕਰ ਭੈਣੇ ਬਥੇਰੇ ਜਵਾਬ ਸਵਾਲ ਦਿੰਦਾ ਤੈਨੂੰ ਸੁਣਿਆ ਨਹੀਂ ਅੱਧੀ ਗੋਲੀ ਦੇ ਦੇ ਚ ਮੰਮੀ ਕੋਈ ਨਾ ਇੱਕ ਗੋਲੀ ਆ ਚਾਚੀ ਨੂੰ ਲੈ ਜਾਂਦੇ ਨਹੀਂ ਲੋੜ ਪੈਂਦੀ ਮੇਰਾ ਸਿਰ ਸੁਰ ਤੋਂ ਚੱਕ ਕੱਢੇ ਚੋ ਅੱਧੀ ਗੋਲੀ ਦੇਖੀ ਮੈਂ ਫੇਰ ਮੰਗਾ ਕੇ ਦੇ ਦੂੰਗੀ ਤੁਹਾਨੂੰ ਗੋਲੀ ਨਹੀਂ ਬਸ ਕਰਿਆ ਕਰ ਭੈਣੇ ਤੂੰ ਮੰਮੀ ਕੀ ਤੋੜੇਂਗੀ ਤੂੰ ਇਹਦੇ ਵਿੱਚ ਨਾ ਜੇ ਮੈਨੂੰ ਲੋੜ ਪੈ ਜੇ ਹੈ ਲੈ ਦੱਸ ਚੱਲ ਆ ਫੜ ਜ਼ਿਆਦਾ ਕਰਦੀਆਂ ਦੇ ਦੇ ਹਾਂ ਨਾ ਮੈਨੂੰ ਲੋੜ ਪੈ ਜੇ ਮੈਂ ਕਿੱਧਰ ਜਾਊਂਗੀ ਚੱਲ ਕੋਈ ਨਾ ਚਾਚੀ ਆ ਦੇ ਕੇ ਦੇਖ ਲਾ ਜੇ ਨਾ ਠੀਕ ਹੋਇਆ ਨਾ ਮੈਂ ਹੋਰ ਪੱਤਾ ਮੰਗਾ ਲੂੰਗੀ ਫਿਰ ਕੋਈ ਨਾ ਪੁੱਤ ਉਹਨਾਂ ਨੂੰ ਆ ਜਾਂਦੇ ਜੇ ਹੈ ਨਹੀਂ ਗਏ ਘਰੇ ਕੋਈ ਨਾ ਪੁੱਤ ਕੀ ਪਤਾ ਉੱਤਰ ਜੇ ਬੁਖਾਰ ਹਾਂ ਉੱਤਰ ਜੂਗਾ ਖਬਰ ਬਸ ਬਸ ਵਗ ਜਾ ਨਾਲੇ ਉੱਥੇ ਖੜ ਕੇ ਗੱਲ ਕਰ ਲਿਆ ਕਰ ਦੇਖੀ ਲੈ ਫਿਰ ਕੀ ਹੋ ਗਿਆ ਮੈਂ ਹੀ ਲੈ ਕੇ ਆਈ ਹਾਂ ਮੰਮੀ ਚਾਚੀ ਨੂੰ ਅੰਦਰ ਮੈਂ ਕਿਹਾ ਹਵਾ ਲੈ ਲੂ ਗਰਮੀ ਗਰਮੀ ਹੋਈ ਪਈ ਦੇਖੀ ਮੇਰੇ ਨਾ ਪੁੱਤ ਨੂੰ ਬਹੁਤਾ ਹੀ ਤੇਜ਼ ਤਾਪ ਤੀ ਭੈਣੇ ਮੈਂ ਤਾਂ ਕਰਕੇ ਆ ਗਈ ਮੰਗਣ ਗੋਲੀ ਹੁਣ ਸੁਣ ਲਿਆ ਵਗ ਜਾ ਹੁਣ ਉੱਤਰ ਜੂ ਬੁਖਾਰ ਆ ਦੇ ਦੇ ਗੋਲੀ ਮੱਥਾ ਦਮ ਦੇ ਉਹਦਾ ਦੇ ਦੇ ਚਾਚੀ ਕੋਈ ਨਹੀਂ ਕੀ ਦੇਖੀ ਜਾਂਦੀ ਉੱਧਰ ਹੈ ਜ਼ਿਆਦਾ ਮੋਹ ਨਹੀਂ ਆਉਂਦਾ ਕਿਤੇ ਮੰਮੀ ਇੱਕ ਗੋਲੀ ਉਹ ਲੈਣ ਆਏ ਨੇ ਖਾਲੀ ਪੱਤਾ ਤੀ ਉਸ 'ਚ ਵੀ ਤੁਸੀਂ ਅੱਧੀ ਰੱਖ ਲਈ ਤੈਨੂੰ ਲੱਗਦਾ ਖਾਲੀ ਪੱਤਾ ਪਤਾ ਕਿੰਨੇ ਮਹਿੰਗਾ ਆਉਂਦਾ 10 ਰੁਪਏ ਲੱਗਦੇ ਇਹ 'ਤੇ ਵੀ ਉਈ ਨਹੀਂ ਆ ਜਾਂਦਾ ਮੰਮੀ ਜੇ ਤੋੜ ਤੋੜ ਕੇ ਤੁਸੀਂ ਉਈ ਛਿੜ ਦਿੰਦੇ ਹੋ ਗੇਰਦੇ ਪਿਆ ਖਰਾਬ ਹੋ ਜੂ ਉਦੋਂ ਤੁਹਾਡੇ 10 ਰੁਪਏ ਕਿੱਥੇ ਜਾਂਦੇ ਫਿਰ ਰਹਿਣ ਦਾ ਕਰ ਇੰਨੇ ਸਵਾਲ ਜਵਾਬ ਮੇਰੇ ਮੂਹਰੇ ਤਾਂ ਕਰਿਆ ਨਾ ਕਰ ਠੀਕ ਆ ਆਹ ਖਾਲੀ ਪੱਤਾ ਨਹੀਂ ਮੈਂ ਸਿਰ 'ਚ ਮਾਰਨਾ ਹੈਗਾ ਹੁਣ ਚੱਕ ਕੇ ਫੜਾਤੀਆਂ ਉਹਨੂੰ ਗੋਲੀਆਂ
ਆਉਣ ਦੇ ਗਰਿੰਦਰ ਨੂੰ ਦੱਸਦੀ ਆ, ਐ ਨੀ ਤੂੰ ਲੋਟ ਆਉਂਦੀ ਹੈਗੀ। ਮੰਮੀ ਕਿਸੇ ਨੂੰ ਕੁਛ ਦੇ ਕੇ ਵੀ ਰਾਜੀ ਹੋਊਗੇ ਤੁਸੀਂ? ਸਾਰਾ ਦਿਨ ਬੜੂ ਖਾਓ ਬੜੂ ਖਾਓ। ਕਿਉਂ ਕੀ ਗੱਲ, ਨੇੜੇ ਲੱਗਦੀ ਆ ਉਹ ਜ਼ਿਆਦੇ। ਦੋਵੇਂ ਮਾਂ ਪੁੱਤ ਨਾ ਇੱਕੋ ਜਿਹੀ ਹੈਗੇ, ਜਮਾਂ ਨਹੀਂ ਬੋਲਣ ਲੱਗੇ ਦੇਖਦੇ, ਜਮਾਂ ਨਹੀਂ ਦੇਖਦੇ ਹੈਗੇ। ਕਮਾਲ ਦੀ ਗੱਲ ਹੈ, ਇੱਕ ਗੋਲੀ ਉਹ ਦਿੱਤੀ ਹੈਗੀ, ਹੋਰ ਦੱਸ ਤੁਸੀਂ ਕੀ ਦੇ ਦਿਓਗੇ ਅਗਲੇ ਨੂੰ? ਹਜੇ ਕਹਿੰਦੇ ਅਸੀਂ ਬਿਠਾਈ ਬੈਠੇ ਹਾਂਗੇ। ਕੋਈ ਨਾ, ਇਹ ਵੀ ਮੈਂ ਪਤਾ ਕਰਦੀ ਹਾਂਗੀ ਵੀ ਤੁਸੀਂ ਉਰੇ ਬਿਠਾਈ ਕਿਵੇਂ ਬੈਠੇ ਹੋ। ਜੇ ਮੇਰੇ ਵੀਰੇ ਨੂੰ ਫੋਨ ਕਰਾਂ ਨਾ, ਫਿਰ ਗੱਲ ਬਣ ਜੇ। ਕੀ ਕਰਾਂ, ਕਰਾਂ ਕਿ ਨਾ ਉਹਨੂੰ ਫੋਨ, ਪਰ ਤਾਂ ਮੈਂ ਪਤਾ ਕਰਕੇ ਦੇਖਦੀ ਹਾਂ, ਨਹੀਂ ਫਿਰ ਵੀਰੇ ਨੂੰ ਫੋਨ ਕਰੂੰਗੀ, ਬੜਾਉਣੀ ਆ ਉਹਨੂੰ। ਕੀ ਕੁਛ ਕਰਦੇ ਫਿਰੀ ਜਾਂਦੇ ਆ। ਹੋਏ ਹੋਏ, ਲੈ ਫੋਨ ਵੀ ਡੈੱਡ ਹੋਇਆ ਪਿਆ ਹੈਗਾ। ਕਰਮਜੀਤ ਕਿੱਧਰ ਲੰਘ ਗਈ? ਹਾਂਜੀ, ਉਹ ਪਾਣੀ ਲੈ ਕੇ ਦੇਈ। ਪਾਣੀ ਤਾਂ ਮੈਂ ਲਿਆ ਦਿੰਦੀ ਹੈਗੀ। ਹਾਂ ਮੈਂ ਦੇਖਿਆ, ਗੱਲ ਕਰਦੀ ਸੀ। ਹਾਂ ਕਰ। ਜੱਗੀ ਬੁਲਾਈ, ਬਿਮਾਰ ਹੋ ਰਿਹਾ ਹੈਗਾ, ਤੁਸੀਂ ਉਹਨੂੰ ਦਵਾਈ ਦਵਾ ਲਿਓ। ਬਿਮਾਰ ਹੋ ਰਿਹਾ? ਉਹ ਤਾਂ ਬਿਮਾਰ ਹੁੰਦੇ ਨਹੀਂ ਕਦੀ। ਪਤਾ ਨਹੀਂ ਜੀ, ਅੱਜ ਤਾਂ ਉਹਨੂੰ ਬਹੁਤ ਬੁਖਾਰ ਹੋਇਆ ਪਿਆ ਹੈਗਾ। ਦੇਖੀ ਨਾਲੇ ਉਰੇ ਪਿਆ ਤੀ, ਪਹਿਲਾਂ ਤਾਂ ਮੈਂ ਕਿਹਾ ਵੀ ਚੱਲ ਪੱਖੇ ਥੱਲੇ ਪੈ ਜਾ ਕੇ। ਦੇਖੀ ਉਸ ਤੋਂ ਬਾਅਦ ਨਾ ਚਾਚੀ ਗੋਲੀ ਲੈਣ ਆ ਗਈ, ਮੈਂ ਬੁਖਾਰ ਦੀ ਗੋਲੀ ਦੇਤੀ। ਦੇਖੀ ਪੱਤੇ 'ਚ ਇੱਕ ਗੋਲੀ ਹੋਈ ਤੀ, ਮੰਮੀ ਨੇ ਉਹ 'ਚੋਂ ਵੀ ਅੱਧੀ ਤੋੜ ਲਈ। ਲਿਆ ਕੋਈ ਚੰਗੀ ਗੱਲ ਹੈਗੀ? ਮੈਂ ਤਾਂ ਕਿ ਨਹੀਂ, ਦੇਖੀ ਅੱਧੀ ਗੋਲੀ ਨਾਲ ਕੀ ਬੁਖਾਰ ਉਤਰੂ। ਮੇਰੀ ਸੁਣ ਗੱਲ, ਤੁਸੀਂ ਦਵਾਈ ਦਵਾ ਲਿਓ, ਮੇਰੀ ਗੱਲ ਮੰਨ ਲਓ। ਪਹਿਲਾਂ ਮੇਰੀ ਗੱਲ ਸੁਣ ਲੈ, ਜੱਗੀ ਨਾ ਭਲਾ ਚੰਗਾ ਉਹ ਕਰਦਾ ਡਰਾਮੇ। ਸਵੇਰੇ ਮੈਂ ਕਿਹਾ ਜੱਗੀ, ਨਹੀਂ ਨਹੀਂ ਡਰਾਮੇ ਨਹੀਂ ਕਰਦਾ, ਮੈਂ ਹੱਥ ਲਾ ਕੇ ਦੇਖਿਆ ਤੇ ਬਹੁਤ ਬੁਖਾਰ ਹੋਇਆ ਹੋਇਆ ਉਹਨੂੰ। ਜਦੋਂ ਤਾਂ ਹੱਥ ਲਾ ਕੇ ਦੇਖਿਆ ਸੀ, ਉਹ ਘਰੇ ਸੀ ਕਿ ਬਾਹਰ ਸੀ? ਉਰੇ ਪਿਆ ਤੀ ਆਪਣੇ ਬਾਹਰ। ਬਾਹਰੋਂ ਆਇਆ ਤਾ? ਹਾਂ, ਧੁੱਪ ਚੋਂ ਆਇਆ। ਮੈਂ ਵੀ ਗਰਮ ਐਤਕ ਭਗਿਆ, ਮੈਂ ਵੀ ਕੁਛ ਨਹੀਂ ਹੋਇਆ ਉਹਨੂੰ, ਡਰਾਮੇ ਕਰਦਾ। ਮੈਂ ਸਵੇਰੇ ਕਿਹਾ ਜੱਗੀ ਵਿਹਲਾਂਗਾ, ਕਹਿੰਦਾ ਹਾਂ। ਮੈਂ ਕਿਹਾ ਤੈਨੂੰ ਕੰਮ ਵੀ ਕਿਹਾ ਹੋਣਾ, ਮੈਂ ਕਿਹਾ ਐਂ ਕਰੀ ਖੇਤਾਂ 'ਚ ਨੂੰ ਆ ਜੀ, ਤਾਂ ਕੂਲਰ ਵਾਲੇ ਆਏ ਹੋਏ ਵੱਢਣ ਵਾਲੇ, ਨਾਲ ਲੱਗ ਜਾਈ ਮੜਾ ਜਾ। ਕਹਿੰਦਾ ਮੈਂ ਤਾਂ ਜਾਣਾ ਖੇਲਣ, ਮੈਂ ਨਹੀਂ ਆਉਂਦਾ ਜੀ। ਮੰਮੀ ਵੀ ਉਹਦੀ ਕਹਿ ਰਹੀ ਤੀ ਵੀ ਬਿਮਾਰ ਹੈ, ਤੁਸੀਂ ਦਵਾ ਲਿਓ ਦਵਾਈ। ਦੇਖੀ ਕੀ 100 ਰੁਪਇਆ ਦਵਾਈ ਦਾ ਲੱਗਣਾ ਦੀ। ਅੱਧੀ ਗੋਲੀ ਦੇਤੀ? ਉਹ ਤਾਂ ਮੈਂ ਦੇ ਦਿੱਤੀ। ਹਾਂ ਫਿਰ ਗੱਲ ਖਤਮ, ਫਿਰ ਠੀਕ ਹੋ ਜਾਣਾ ਉਹਨੇ, ਗੋਲੀ ਲੈ ਕੇ ਉਹਨੇ ਪੈ ਜਾਣਾ, ਨੀਂਦ ਆਊਗੀ, ਆਰਾਮ ਆ ਜਾਣਾ। ਤੂੰ ਨਾ ਸੋਚ ਕਰ ਉਹਨੇ ਇੰਨੀ। ਲੈ ਤੁਸੀਂ ਵੀ ਮੰਮੀ ਵਰਗੀ ਹੋ ਗਏ, ਕਮਾਲ ਦੀ ਗੱਲ ਹੈ। ਤੈਨੂੰ ਬਹੁਤਾ ਹੇਜ ਮਾਰਦਾ ਉਹਨਾਂ ਦਾ, ਜਾਂ ਤੂੰ ਦਵਾ ਲਿਆ ਦਵਾਈ? ਪੈਸੇ ਦੇ ਦਿਓ, ਲੈ ਮੈਂ ਦਵਾ ਲਿਆਉਣੀ, ਹੋਰ ਕੀ ਆਈ। ਤੂੰ ਪਾਗਲ ਹੋ ਗਈ, ਤੂੰ ਪੈਸੇ ਦੇ ਦਿਓ, ਠੀਕ ਠਾਕ ਕੁਛ ਨਹੀਂ ਹੋਇਆ ਨਾ, ਡਰਾਮੇ ਕਰਦਾ ਉਹ। ਜੇ ਹੋਇਆ ਵੀ ਹੋਊਗਾ ਠੀਕ ਹੋ ਜਾਊਗਾ, ਅੱਗੇ ਠੀਕ ਹੋ ਜਾਂਦਾ ਗੋਲੀ ਨਾਲ ਲੈ ਕੇ ਉਹ। ਤੂੰ ਵੀ ਕਮਾਲ ਕਰੀ ਜਾਂਦੀ ਹੈਗੀ। ਗੋਲੀ ਨਾਲ ਕੋਈ ਨਹੀਂ ਠੀਕ ਹੁੰਦਾ ਜੀ, ਆਪਾਂ ਹੋ ਜਾਂਦੇ ਗੋਲੀ ਨਾਲ ਠੀਕ, ਨਹੀਂ ਹੁੰਦੇ ਹੈਗੇ। ਮੇਰੀ ਸੁਣ ਗੱਲ, ਗੋਲੀ ਦੇ ਤੀ, ਗੱਲ ਖਤਮ। ਜਾਣਾ ਜੇ ਹੇਜ ਮਾਰਦਾ ਨਾ ਉਹਨਾਂ ਕੋਲ, ਲੰਘ ਜਾ, ਜਾ ਭੱਜ ਜਾ, ਸਿਰ ਲੱਗ ਗਈ ਖਾਣ ਮੇਰਾ ਬੈਠ ਕੇ ਉਰੇ। ਜਾਂ ਪਾਣੀ ਲੈਣ ਕੇ ਦੇ ਜਾ, ਜਿਹੜਾ ਪਾਣੀ ਮੰਗ ਰਿਹਾ ਉਹਦਾ ਖਿਆਲ ਨਹੀਂ, ਉਹ ਬਗਾਨੇ ਦਾ ਤੈਨੂੰ ਖਿਆਲ ਹੈ, ਹੈ ਵਾਹ ਆਵੇ ਤੇਰੇ। ਜਾ ਪਾਣੀ ਲੈਣ ਕੇ ਦੇ। ਇੱਕੋ ਜੀ ਹੈ ਮਾਂ ਪੁੱਤ, ਕਮਾਲ ਹੈ ਦੱਸ, ਬਿਮਾਰ ਹੈ ਜੀ ਉਹ, ਮੈਂ ਪਾਣੀ ਮੰਗਦਾ ਬੈਠਿਆ ਉਰੇ, ਹੈਂ ਉਹਦਾ ਫਿਕਰ ਨਹੀਂ, ਉਹ ਬਿਮਾਰ ਹੋ ਗਿਆ ਜੀ, ਹੋ ਗਿਆ ਬਿਮਾਰ, ਬੜਾ ਘੋੜਾ ਉਹ। ਕੋਈ ਹਮਾਇਤ ਜੀ ਕਰਾਈ ਜਾਊਗੀ, ਗੱਲ ਨਹੀਂ ਬਾਤ ਨਹੀਂ ਕੋਈ। ਆ ਗਿਆ ਪੁੱਤ। ਉਹ ਮੈਂ ਤਾਂ ਆ ਗਿਆ ਮੰਮੀ। ਨਾ ਕੀ ਰੌਲਾ ਜਿਹਾ ਪਾ ਰੱਖਿਆ ਸੀ ਤੁਸੀਂ ਦੋਨਾਂ ਨੇ? ਉਹ ਰੌਲਾ ਕੀ ਪਾਣਾ, ਇੱਕ ਮਿੰਟ ਖੜ ਜਾ, ਉਹ ਪਾਣੀ ਤਾਂ ਲਿਆਉਣ ਦੇ ਹੁਣ। ਹਲੋ ਜੀ, ਕਮਾਲ ਹੈ ਤੇਰੇ ਵਾਲੀ, ਪਾਣੀ ਮੰਗਿਆ ਚਾਹ ਨਹੀਂ ਮੰਗੇ, ਇੰਨਾ ਟਾਈਮ ਠੰਡਾ ਪਾਣੀ ਪਾਉਣ ਲੱਗ ਗਈ ਤੀ ਵਿੱਚ। ਪਾਣੀ ਪਾਉਣ ਲੱਗ ਗਈ ਜਦੋਂ ਆ ਕੇ ਖੜ ਜਾਂਦੀ ਚਾਚੀ, ਉਦੋਂ ਤਾਂ ਮਿੰਟ ਲਾਉਂਦੀਆਂ ਜਾਣ ਨੂੰ, ਕਿਧਰੇ ਦੇਖ ਲਾ ਪੁੱਤ ਕਰਦੀਆਂ ਗੋਲੀਆਂ ਗੱਪਾਂ, ਮਿੰਟ ਲਾਉਂਦੀਆਂ ਫੜਾਉਣ ਨੂੰ। ਹਾਂ ਰੌਲਾ, ਆਹੀ ਰੌਲਾ ਪਾਰਦੇ ਸੀ, ਮੈਂ ਆ ਕੇ ਪਾਣੀ ਮੰਗਿਆ, ਕਹਿੰਦੀ ਜੱਗੀ ਨੂੰ ਦਵਾਈ ਦਵਾ ਲੈ।
ਦੇਖ ਲਾ ਮੈਂ ਜੱਗੀ ਨੂੰ ਕਿਉਂ ਦਵਾਈ ਦਵਾ ਕੇ ਲਿਆਵਾਂ। ਫਿਰ ਕੀ ਹੋ ਜਾਊਗਾ ਜੇ ਦਵਾ ਦੋਗੇ? ਇਨਸਾਨੀਅਤ ਵੀ ਤਾਂ ਕੋਈ ਚੀਜ਼ ਹੈਗੀ। ਇਨਸਾਨੀਅਤ ਪਰ ਕੋਈ ਚੀਜ਼ ਹੈ? ਅਸੀਂ ਜਾਨਵਰ ਹਾਂ, ਕਿਤੇ ਸੁੱਟੇ ਹੋਏ ਨੇ ਅਸੀਂ। ਅਸੀਂ ਤਰਸ ਕਰਕੇ ਛੱਤ ਦਿੱਤੀ ਹੋਈ ਇਹਨਾਂ ਨੂੰ, ਰੋਟੀ ਪਾਣੀ ਖਿਲਾ ਰਹੇ ਫਰੀ ਫੰਡ ਚ। ਜੇ ਪੁੱਤੇ ਦਾ ਬੱਸ ਚੱਲੇ ਨਾ ਸਾਰੀਆਂ ਚੀਜ਼ਾਂ ਲਟਾ ਦੇ, ਇਹ ਤਾਂ ਇਹੋ ਜਿਹੀ ਇਹੋ ਜਿਹੀ ਤਾਂ ਮੈਂ ਰੋਕੀ ਹੋਈ ਹੈ। ਇਹ ਮੰਮੀ ਮਾੜਾ ਮੋਟਾ ਕਿਸੇ ਤੇ ਤਰਸ ਖਾਉਣਾ ਸਿੱਖ ਲੋ। ਦੇਖ ਲਾ ਪੁੱਤ, ਆਪਾਂ ਤਰਸ ਨੀ ਖਾਦਾ। ਕੀ ਤਰਸ ਖਾਂਦੇ ਹੋ ਤੁਸੀਂ? ਇੱਕ ਗੋਲੀ ਦੇਣ ਲੱਗੇ ਤਾਂ ਤੁਹਾਨੂੰ ਮੈਂ ਹੁਣ ਕਹਿਣਾ ਨੀ ਚਾਹੁੰਦੀ। ਤੂੰ ਤਾਂ ਆਈ ਹੈ ਮੰਮੀ, ਇਹ ਤਾਂ ਆਈ ਹੈ ਹੁਣ। ਤੂੰ ਸਾਡੇ ਪੁਰਾਣੇ ਦਿਨ ਦੇਖ, ਸਾਡੇ ਤੇ ਤਰਸ ਖਾਇਆ ਇਹਨਾਂ ਨੇ। ਹੈਂ, ਮੇਰੀ ਮਾਂ ਇੰਨੀ ਛਿੱਤਰ ਖਾਂਦੇ ਹੁੰਦੇ ਨੇ ਮੇਰੇ ਬਾਪ ਤੇ, ਪੜਕਾ ਪੜਕਾ ਭੇਜੇ ਕਰਦੀ ਸੀ। ਸਾਨੂੰ ਪਤਾ ਅਸੀਂ ਕਿਵੇਂ ਕੱਟੇ ਆਈ ਸਮਝ। ਮੰਮੀ ਤੁਸੀਂ ਤਾਂ ਨਾ ਮਾਂ ਪੁੱਤ ਇੱਕੋ ਜਿਹੀ ਆਉਂਗੇ। ਗੱਲ ਸੁਣੋ ਮੇਰੀ, ਜੋ ਇਹ ਜੀ ਤੇ ਤੁਸੀਂ ਤਾਂ ਨਾ ਬਣੋ ਇਹ ਜੇ। ਮੇਰੇ ਮਾਂ ਪਿਓ ਨੇ ਤਾਂ ਆਹੀ ਕਿਹਾ ਹੈਗਾ ਵੀ ਜੇ ਇੱਕ ਪੂਰਾ ਕਰਦੇ ਨਾ ਤਾਂ ਆਪ ਬੜਾ ਕਰੋ। ਤੁਸੀਂ ਤਾਂ ਆਹੀ ਗੱਲ ਲੈ ਕੇ ਬਹਿ ਗਏ ਵੀ ਉਹਨਾਂ ਨੇ ਸਾਡੇ ਨਾਲ ਐਂ ਕੀਤਾ ਐਂ ਕੀਤਾ। ਨਾ ਮੁੰਡੇ ਨੂੰ ਵਿਚਾਰੇ ਨੂੰ ਕੀ ਪਤਾ ਹੈਗਾ, ਭੋਲਾ ਭੰਡਾਰਾ ਹੈਗਾ ਗਾ ਇਹ। ਤੁਸੀਂ ਇਹ ਤੇ ਤਰਸ ਖਾ ਲਓ। ਕਰਮਜੀਤ, ਜਿਹੜਾ ਕੱਟਦਾ ਹੁੰਦਾ ਨਾ ਉਸੇ ਨੂੰ ਪਤਾ ਹੁੰਦਾ ਹੈਗਾ ਵੀ ਭੋਲਾ ਹੈਗਾ, ਚਲਾਕ ਹੈ ਇਹ। ਤੇਰੇ ਮੂਹਰੇ ਇਹਦੇ ਮੂਹਰੇ ਨਾ ਮਕਰਾਜਾ ਬਣ ਜਾਂਦਾ ਹੈਗਾ ਉਹ। ਨਾਲੇ ਹੁਣ ਇਹ ਸਿਖਾਊ ਆਪਾਂ ਨੂੰ ਸਾਰਾ ਕੁਝ, ਆਪਾਂ ਨੂੰ ਕਿਹੜਾ ਕੋਈ ਅਕਲ ਹੈਗੀ। ਨਾ ਨਾ, ਅਸ ਤਾਂ ਨਿਆਣੇ ਹੈਗੇ। ਮੰਮੀ ਹੁਣ ਫਿਰ ਤੁਸੀਂ ਕਹੋਗੇ ਮੈਂ ਵੱਡੀ ਹੈਗੀ, ਤੁਸੀਂ ਮੂਹਰੇ ਬੋਲਦੇ ਹੋਗੇ ਮੇਰੇ। ਫਿਰ ਤੁਸੀਂ ਕਹੋਗੇ ਕਰਮਜੀਤ ਮੈਨੂੰ ਮਾੜਾ ਕਹਿੰਦੀ ਹੈਗੀ। ਮੇਰੀ ਗੱਲ ਸੁਣ ਲਓ, ਚਾਚੀ ਦੇਖ ਲਓ ਵਿਚਾਰੀ ਕਿਵੇਂ ਤੜਫ ਰਹੀ ਤੀ ਆਪਦੇ ਪੁੱਤ ਪਿੱਛੇ, ਉਹਨੂੰ ਤਾਂ ਦੇਖਣ ਨੂੰ ਉਹੀ ਤੀਗਾ। ਤੁਸੀਂ ਸਮਝਦੇ ਕਿਉਂ ਨਹੀਂ ਹੈਗੇ? ਤੁਸੀਂ ਤਾਂ ਆਹੀ ਰੱਟ ਫੜ ਰੱਖੀ, ਐਂ ਕੀਤਾ ਵਾਹ ਕੀਤਾ, ਪਤਾ ਨਹੀਂ ਕੀਤਾ ਵੀ ਪਤਾ ਨਹੀਂ ਨਾ, ਪਰ ਮੇਰੇ ਮੂਹਰੇ ਤਾਂ ਜਮਾ ਨਹੀਂ ਵਿਚਾਰੇ ਬੋਲਦੇ ਹੈਗੇ। ਸਮਝਾ ਲੱਗ ਰਿੰਦਰ ਇਹਨੂੰ, ਬਹੁਤ ਬੋਲਣ ਲੱਗ ਗਈ ਇਹ। ਨਾ ਮੈਂ ਬੋਲਣ ਨੂੰ ਮਾੜਾ ਕਹਿਤਾ ਕੋਈ? ਮੈਂ ਤਾਂ ਠੀਕ ਹੈ ਕਹਿ ਰਹੀ ਹੈਗੀ, ਜੋ ਮੈਨੂੰ ਸਹੀ ਲੱਗਿਆ ਮੈਂ ਕਹਿਤਾ। ਕਰਮਜੀਤ ਥੋੜ੍ਹਾ ਹਿਸਾਬ ਨਾਲ ਬੋਲ, ਮਾਂ ਹੈ ਮੇਰੀ ਉਹ, ਤੂੰ ਮੇਰੀ ਮਾਂ ਨਾਲ ਉੱਚੀ ਬਾਚ ਗੱਲ ਕਰ ਰਹੀ ਹੈਗੀ। ਚਾਚੀ ਵੀ ਨਾ ਤੁਹਾਡੀ ਮਾਂ ਵਰਗੀ ਉਹ ਹੈ ਜਿਹਨੂੰ ਤੁਸੀਂ ਜੁੱਤੀ ਵਟੇ ਨਹੀਂ ਛਾਣਦੇ। ਇਹਨੂੰ ਤਾਂ ਚਾਚੀ ਪਿਆਰੀ ਹੈ ਭਾਈ, ਆ ਮਾਂ ਨਹੀਂ ਤੇਰੀ। ਤੂੰ ਮੇਰੀ ਸੁਣ ਲੈ ਗੱਲ। ਪਿਆਰੀ ਤਾਂ ਮੰਮੀ ਤੁਸੀਂ ਵੀ ਹੋਗੇ, ਪਰ ਕਿਸੇ ਦਾ ਦੁੱਖ ਸੁੱਖ ਸਮਝੋ ਤੁਸੀਂ। ਅਸੀਂ ਤਾਂ ਬਥੇਰਾ ਸਮਝਿਆ, ਤੈਨੂੰ ਨਹੀਂ ਪਤਾ ਹੈਗਾ ਗੱਲਾਂ ਦਾ, ਐਵੇਂ ਨਾ ਬਾਹਲੀ ਪ੍ਰਧਾਨ ਬਣਿਆਗਾ। ਤੂੰ ਨਾ ਆਪਣੇ ਕੰਮ ਦਾ ਕੰਮ ਰੱਖ, ਤੂੰ ਰਹਿਣਾ ਸਾਡੇ ਨਾਲ, ਉਹਨਾਂ ਨਾਲ ਰਹਿਣਾ ਸਾਡੇ ਨਾਲ ਹੈ, ਤੂੰ ਸਾਡੇ ਮੁਤਾਬਕ ਚੱਲ, ਤੂੰ ਜਿਵੇਂ ਅਸੀਂ ਕਹਿੰਦੇ ਉਵੇਂ ਚੱਲ। ਜਦ ਮੈਂ ਵਿਆਹ ਕੇ ਉਰੇ ਆਈ ਆ ਨਾ, ਮੈਂ ਇੱਥੇ ਹੀ ਰਹਿਣਾ, ਮੈਂ ਕਿਤੇ ਹੋਰ ਨਹੀਂ ਜਾਣ ਲੱਗੀ ਹੈ। ਹਾਂ ਫਿਰ ਜੇ ਇੱਥੇ ਰਹਿਣਾ ਨਾ, ਫਿਰ ਸਾਡੇ ਕਹਿਣੇ 'ਚ ਰਹਿ, ਠੀਕ ਹੈ? ਕਹਿਣੇ 'ਚ ਰਹਿਣਾ ਹੀ ਹੈਗੀ, ਮੈਂ ਕੋਈ ਉਈ ਨਹੀਂ ਫਿਰਦੀ ਹੈਗੀ। ਕਰਮਜੀਤ ਮੈਂ ਤੈਨੂੰ ਗੱਲ ਕਹਾਂ ਇੱਕ, ਤੁਸੀਂ ਤਾਂ ਇੱਥੇ ਚਾਚੀ ਆ ਜੀ, ਮੈਨੂੰ ਬੋਲਣ ਸੁਣ ਲੈ ਸੁਣ ਲੈ। ਤੂੰ ਨਾ ਜ਼ਿਆਦਾ ਨਾ ਬੋਲ, ਤੂੰ ਚਾਚੀ ਕਰਕੇ ਨਾ ਆਪਦੇ ਘਰ 'ਚ ਕਲੇਸ਼ ਨਾ ਪਾ। ਮੈਂ ਕਲੇਸ਼ ਨਹੀਂ ਪਾਉਂਦੀ ਜੀ, ਮੈਂ ਸੱਚ ਕਹਿੰਦੀ ਆ। ਫਿਰ ਕਲੇਸ਼ ਹੀ ਆ, ਹੋਰ ਕੀ ਹੈਗਾ? ਚੰਗੀਆਂ ਨਹੀਂ ਲੱਗਦੀਆਂ ਗੱਲਾਂ। ਜਾ ਯਾਰ ਤੂੰ ਕੰਮ ਕਰ ਲੈ ਆਪਦਾ, ਲੱਗ ਗਈ ਸਿੱਖਿਆ ਦੇਣ। ਉਹੀ ਤਾਂ ਗੱਲ ਆ ਪੁੱਤ, ਜੇ ਮੈਂ ਜ਼ਿਆਦਾ ਟੋਕੂੰਗੀ ਨਾ ਫਿਰ ਐਂ ਹੋ ਜਾਊਗਾ ਸੱਸ ਬੋਲਦੀ ਹੈਗੀ। ਮੰਮੀ ਇੱਕ ਗੱਲ ਕਹਾਂ, ਗਲਤੀ ਤੁਹਾਡੀ ਵੀ ਹੈਗੀ ਇੱਥੇ। ਉਹ ਕਿਵੇਂ? ਜਦੋਂ ਪੰਚਾਇਤ ਬਿਠਾਲੀ ਤੀ, ਜਦੋਂ ਆਪਣੇ ਗਲ ਮੜੇ ਤੇ, ਤੁਸੀਂ ਉਸੇ ਟਾਈਮ ਕਹਿ ਦਿੰਦੇ ਬੁਰੇ ਵੱਜਦੇ ਵੀ ਬਾਈ ਮੇਤੇ ਰੱਖ ਹੁੰਦੇ ਇਹ ਝੱਲੇ ਬੋਲੇ ਜੇ, ਆਪਦੇ ਹੋਰ ਪਾ ਜਗ੍ਹਾ ਦੇ ਦਿਓ ਉਹਨਾਂ ਨੂੰ। ਵੇ ਪੁੱਤ, ਲੋਕੋ ਲੱਜੋ ਵੀ ਆਪਾਂ ਨੂੰ ਹਾਂ ਕਹਿਣੀ ਪੈਗੀ ਵੀ ਚੱਲ ਕੋਈ ਨਾ ਉਹ ਜਾਣੇ। ਮੈਂ ਤਾਂ ਛੋਟਾ ਤਾ ਉਸ ਟਾਈਮ, ਜੇ ਮੈਂ ਇਹ ਉਮਰ 'ਚ ਹੁੰਦਾ ਨਾ ਮੈਂ ਤਾਂ ਕਦੀ ਨਾ ਰੱਖਦਾ ਇਹਨਾਂ ਨੂੰ। ਤਾਂ ਹੀ ਤਾਂ ਸਿਰ ਚੜ ਗਏ ਹੁਣ ਆਪਣੇ, ਹੋਰ ਕੀ। ਹਾਂ ਚੱਲ ਕੋਈ ਨੀ ਮੰਮੀ, ਤੂੰ ਨਾ ਬਚਾਓ ਰੱਖਿਆ ਕਰ ਮਾੜਾ ਜਿਹਾ, ਜਦ ਵੀ ਆਉਂਦੇ ਹੁੰਦੇ ਨਾ ਇਹਨੂੰ ਮੂਹਰੇ ਨਾ ਹੋਣ ਦਿਆ ਕਰ, ਇਹਨੂੰ ਝਿੜਕੇ ਰੱਖਿਆ ਕਰ। ਉਹ ਪੁੱਤ ਕੀ ਝਿੜਕਾਂ, ਆ ਜਦੋਂ ਵੀ ਜੱਗੀ ਉਤਰੂਗਾ ਜਾਂ ਇਹਦੀ ਮਾਂ ਉਤਰੂਗੀ, ਭੱਜ ਕੇ ਦੇਖਦੀ ਆ ਬਾਹਰ ਨੂੰ, ਪਤਾ ਨੀ ਕੀ ਗੱਲਾਂ ਕਰਨੀਆਂ ਹੁੰਦੀਆਂ ਨੇ। ਚੱਲ ਤੂੰ ਅੱਗੇ ਤੇ ਖਿਆਲ ਰੱਖੀ, ਠੀਕ ਹੈ? ਮੈਂ ਨਹੀਂ ਚਾਹੁੰਦਾ ਇਹਨਾਂ ਕਰਕੇ ਨਾ ਆਪਣੇ ਘਰ 'ਚ ਕਲੇਸ਼ ਹੋਵੇ। ਕਲੇਸ਼ ਤਾਂ ਪੈ ਰਿਹਾ ਹੈਗਾ, ਚੱਲ ਵਧਣ ਨਾ ਦੇ ਇਹਨੂੰ ਹੁਣ। ਚੱਲ ਚੰਗਾ, ਮੈਂ ਤਾਂ ਆਰਾਮ ਕਰਦੀ ਹਾਂ ਆਪਦਾ। ਜਾ ਕਰ ਲੈ ਆਰਾਮ, ਤੁਹਾਨੂੰ ਤਾਂ ਆਰਾਮ ਦਿਖਦਾ ਹੈਗਾ ਜਿਹੜਾ ਮੇਰਾ ਤੁਸੀਂ ਆਰਾਮ ਖੋਇਆ ਪਿਆ ਹੈਗਾ। ਕਿੰਨਾ ਬੋਲਦੇ ਹੈਗੇ ਇਹ, ਕਿਸੇ ਨੇ ਸੱਚੀ ਕਿਹਾ ਹੈਗਾ, ਕਹਿੰਦੇ ਇੱਕ ਅੰਨਾ ਇੱਕ ਕੋੜੀ ਰਾਮ ਮਲਾਈ ਜੋੜੀ। ਆਹ ਦੇਖ ਲਓ ਦੋਏ ਜਣੇ, ਜਦ ਜੋੜੀ ਮਿਲ ਜੂਗੀ ਨਾਗਾਂ ਦੀ
ਬਸ ਫਿਰ ਤਾਂ ਚੈਂ 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 ਨਾ ਕਿਸੇ ਦੀ ਸੁਣਨੇ ਇਹ। ਉਹ ਦੇਖੀ ਵਿਚਾਰੀ ਚਾਚੀ, ਮੈਨੂੰ ਤਾਂ ਇੰਨਾ ਤਰਸ ਆਇਆ ਨਾ ਚਾਚੀ 'ਤੇ। ਉਹਦੇ ਹੱਥ 'ਚ ਐਂ ਪੱਕਰ ਕੇ ਪੱਤਾ ਖੋਲਿਆ, ਦੱਸ ਫਿਰ ਕਿਹਦੀ 'ਚ ਇੱਕ ਗੋਲੀ ਲੈ ਜਾਂਦੀ, ਇੱਕੇ ਗੋਲੀ ਦੀ ਉਹਦੇ ਵਿੱਚ, ਬਾਅਦ 'ਚ ਵੀ ਤਾਂ ਪੱਤਾ ਗੇਰੇ ਹੀ ਹੈਗਾ। ਪਤਾ ਨਹੀਂ ਕੀ ਬਣੂਗਾ ਇਹਨਾਂ ਦਾ। ਤਾਂ ਹੁਣ ਜੇ ਮੈਂ ਕਿਹਾ ਵੀ ਦਵਾਈ ਦਵਾ ਦਿਉ, ਤਾਂ ਉਹੀ ਗੱਲ ਮਾਂ ਨੂੰ ਦੱਸੀ ਆਪਦੀ ਨੂੰ। ਜੇ ਮੇਰੇ ਲਈ ਪੈਸੇ ਹੋਣ ਨਾ, ਮੈਂ ਚਾਚੀ ਨੂੰ ਦੇ ਦਾਂ 150 ਰੁਪਈਆ, ਹੈ ਨਾ। ਦੇਖਦੀ ਹਾਂ ਜੀ ਪੈਸੇ, ਇਹਨਾਂ ਨੂੰ ਤਾਂ ਨਹੀਂ ਹੈਗਾ ਮਾੜਾ ਮੋਟਾ ਕਿਸੇ ਦਾ। ਦੇਖਾਂ ਜੇ ਪਏ ਹੋਏ ਪੈਸੇ। ਪੰਜ 500 ਹੀ ਹੈਗਾ, ਖੁੱਲ੍ਹਾ ਤਾਂ ਇਹ ਨਹੀਂ ਗਾ। ਪੰਜ 500 ਹੀ ਦੇ ਦਿੰਦੀ ਹਾਂ ਜੀ, ਜੇ ਪਰਾਂ ਉਹਦਾ ਹੋਏ ਨਾ। ਪੁੱਛ ਕੇ ਤੁਹਾਨੂੰ ਫੜਾ ਦਿੰਦੀ ਹਾਂ ਵੀ ਜਾ ਕੇ ਨਾ ਦਵਾਈ ਦਵਾ ਲਿਆ। ਦੱਸ ਕਿਵੇਂ ਦੇਖੀ, ਪੱਥਰ ਦੀ ਬਣੀ ਪਈ ਹੈ, ਬਹੂ ਨੂੰ ਵੀ ਗੋਲੀ ਨਹੀਂ ਦੇਣ ਦਿੱਤੀ। ਪੁੱਤ ਜੱਗੀ, ਜੱਗੀ ਪੁੱਤ ਠੀਕ ਹੈ? ਪੁੱਤ ਹਾਏ ਹਾਏ ਮੇਰਾ ਪੁੱਤ, ਪੁੱਤ ਮੈਂ ਦਿੰਦੀ ਹਾਂ ਤੈਨੂੰ ਗੋਲੀ ਦਿੰਦੀ ਹਾਂ। ਚੱਕਰ ਆ ਰਹੇ, ਕੋਈ ਨਾ ਪੁੱਤ ਮੈਂ ਲਿਆਈਆਂ, ਮੈਂ ਤੇਰੇ ਵਾਸਤੇ ਗੋਲੀ ਦਿੱਤੀ ਹੈ ਤੇਰੀ ਤਾਈ ਨੇ ਚੰਦਰੀ ਨੇ, ਉਹ ਚੋਂ ਵੀ ਅੱਧੀ ਗੋਲੀ ਖੋ ਲਈ, ਦਿੰਦੀ ਹਾਂ ਮੈਂ ਤੈਨੂੰ ਗੋਲੀ। ਬੂਬਾ ਮਰ ਜਾ, ਤੇਰੇ ਤਾਂ ਬੁਖਾਰ ਸਿਰ ਨੂੰ ਹੋਇਆ ਪਿਆ ਪੁੱਤ ਬਹੁਤਾ। ਹਾਂ ਪੁੱਤ, ਮੈਨੂੰ ਡਾਕਟਰ ਦਾ ਨਾ ਦਵਾਈ ਦਵਾ ਲਿਆ, ਲੈ ਕੇ ਜਾਂਦੇ ਹਾਂ ਪੁੱਤ। ਮੈਂ ਜਾਣਾ, ਜੇ ਮੈਂ ਇਹ ਕਰਾਂ ਗੋਲੀ ਨੇ ਤਾਂ ਕੁਛ ਕਰਨਾ ਨਹੀਂ, ਅੱਧੀ ਤਾਂ ਗੋਲੀ ਹੈ, ਮੈਨੂੰ ਡਾਕਟਰ ਹੀ ਨਾ ਲੈ ਜਾਵਾਂ। ਪਰ ਰੱਬਾ ਮੈਂ ਲੈ ਕੇ ਕਿਵੇਂ ਜਾਊਂਗੀ, ਮੇਰੇ ਤਾਂ ਹੱਥ 'ਚ ਕੋਈ ਪੈਸਾ ਵੀ ਨਹੀਂ ਹੈਗਾ। ਚੱਲ ਦੇਖੀ ਜਾਊਗੀ, ਆਪੇ ਰੱਬ ਕੋਈ ਕਰੂ ਹਿੱਲਾ। ਪੁੱਤ ਜੱਗੀ ਤੂੰ ਐਂ ਕਰ, ਖੜਾ ਹੋ ਹੌਲੀ ਹੌਲੀ, ਪੁੱਤ ਮੈਂ ਤੈਨੂੰ ਲੈ ਕੇ ਜਾਵਾਂ ਡਾਕਟਰ ਦੇ, ਤੇਰੀ ਤਾਂ ਹਾਲਤ ਬਹੁਤ ਹੀ ਖਰਾਬ ਹੋ ਗਈ, ਐਂ ਤਾਂ ਕਿਸੇ ਨਾ ਕਿਸੇ 'ਚ ਰੱਬ ਵੱਸਦਾ ਹੀ ਹੋਊਗਾ। ਖੜਾ ਨਹੀਂ ਆਇਆ, ਆਪਾਂ ਡਾਕਟਰ ਦੇ ਆਧਾਰ ਕਰ ਲਾਂਗੇ ਪੁੱਤ। ਚੱਲ ਕੋਈ ਨਾ, ਮੈਂ ਤੈਨੂੰ ਫੜ ਦੀਆਂ, ਫੜ ਕੇ ਲੈ ਕੇ ਜਾਂਦੀ ਹਾਂ ਮੇਰੇ ਪੁੱਤ ਨੂੰ। ਚੱਲ ਐਂ ਤਾਂ ਕਿਸੇ 'ਚ ਰੱਬ ਵੱਸਦਾ ਹੀ ਹੋਣਾ, ਕੋਈ ਤਾਂ ਤਰਸ ਕਰੂਗਾ ਹੀ ਸਭ ਦੇ ਮਾਂ ਪੁੱਤਾਂ 'ਤੇ। ਚੱਲ ਪੁੱਤ, ਪੁੱਤ ਮਾੜਾ ਜਿਹਾ ਸੰਭਲ ਕੇ ਚੱਲ, ਸੰਭਲ ਕੇ ਚੱਲ। ਹੇ ਭਗਵਾਨ, ਹੇ ਵਾਹਿਗੁਰੂ ਜੀ, ਸਾਡੇ 'ਤੇ ਕਿਰਪਾ ਕਰ ਦਿਉ, ਕੋਈ ਸਾਡੀ ਮਦਦ ਕਰ ਦਿਉ। ਚੱਲ ਪੁੱਤ, ਪੁੱਤ ਹਾਏ ਠੀਕ ਹੈ ਪੁੱਤ, ਪਾਣੀ ਪੀਣਾ ਕੁੱਟ। ਚੱਲ ਮੇਰਾ ਪੁੱਤ ਆ ਜਾ, ਆ ਜਾ ਆ ਜਾ, ਹੌਸਲਾ ਰੱਖ, ਹਾਏ ਹੌਸਲਾ ਰੱਖ ਮੇਰਾ ਪੁੱਤ, ਆਪਾਂ ਚੱਲਦੇ ਹਾਂ ਡਾਕਟਰ ਦੇ। ਆ ਜਾ ਮੇਰਾ ਪੁੱਤ, ਆ ਜਾ ਪੁੱਤ, ਕੋਈ ਨਾ ਪੁੱਤ ਕੋਈ ਨਾ, ਆ ਜਾ ਮੈਂ ਫੜ ਕੇ ਲੈ ਕੇ ਜਾਂਦੀ ਮੇਰੇ ਪੁੱਤ ਨੂੰ। ਆ ਜਾ ਪੁੱਤ, ਐਂ ਤਾਂ ਆਪਾਂ ਮਾਰੀ ਠਵਾਰੀ 100 ਵਾਰੀ ਆਉਂਦੀ ਹੁੰਦੀ ਆ, ਤੁਸੀਂ ਅੱਗੇ ਅੱਗੇ ਚਲੋ। ਨਹੀਂ ਨਹੀਂ ਪੁੱਤ, ਤੇ ਤਾਂ ਤੂਰਿਆ ਨਹੀਂ ਜਾਣਾ, ਗਿਰਨਾ ਜਾਈ ਕਿਤੇ। ਅੱਜ ਮੇਰਾ ਪੁੱਤ ਹਿੰਮਤ ਰੱਖ ਮੇਰਾ ਬੱਚਾ, ਆ ਜਾ ਪੁੱਤ, ਉਤਰ ਜਾਂਦਾ ਬੁਖਾਰ ਕੋਈ ਨਾ। ਪੁੱਤ ਮੈਂ ਤਾਂ ਕਹਿੰਦੀ ਹੌਲੀ ਹੌਲੀ ਚੱਲ ਪੈਂਦਾ, ਮਾੜਾ ਜਿਹਾ ਹਿੰਮਤ ਰੱਖਦਾ ਬੱਚੇ ਤੂੰ, ਹੈ। ਅੱਜ ਮੈਂ ਫੜ ਕੇ ਲੈ ਕੇ ਜਾਂਦੀ ਹਾਂ ਮੇਰੇ ਪੁੱਤ ਨੂੰ। ਆ ਜਾ ਮੇਰਾ ਸਿਆਣਾ ਪੁੱਤ, ਆ ਜਾ ਮੇਰਾ ਪੁੱਤ ਇੱਥੇ ਲੈ, ਹੈਂ ਵਿਵਾਹ ਹੋ ਗਈ ਪੁੱਤ, ਕੋਈ ਨਾ ਲੈ ਮਾੜਾ ਜਿਹਾ ਲੈ ਲੈ ਆਰਾਮ, ਲੈ ਤੁਰਿਆ ਨਹੀਂ ਜਾਂਦਾ। ਹਾਏ ਕੋਈ ਨਾ ਪੁੱਤ, ਹਾਏ ਰੱਬਾ ਤੂੰ ਕਿਹੜੇ ਜਨਮਾਂ ਦੇ ਬਦਲੇ ਲੈਂਦਾ ਸਾਡੇ ਕੋਲੋਂ, ਨਹੀਂ ਤਾਂ ਮੇਰੇ ਪੁੱਤ ਨੂੰ ਮੱਤ ਦੇ ਦਿੰਦਾ, ਜੇ ਮੱਤ ਨਹੀਂ ਦਿੰਦੀ ਸੀ ਤਾਂ ਘਰ ਦੇ ਦਿੰਦਾ, ਜੇ ਤਾਂ ਕੁਛ ਵੀ ਨਹੀਂ ਦਿੱਤਾ ਸੀ ਪਰਮਾਤਮਾ, ਤੂੰ ਆਹ ਬਿਮਾਰੀ ਤਾਂ ਨਾ ਦੇ, ਇਹੋ ਜਿਹਾ ਦਿਨ ਤਾਂ ਨਾ ਦਿਖਾ। ਦੱਸ ਕਿਵੇਂ ਪੁੱਤ ਮੇਰਾ ਤੜਫਦਾ, ਮੈਂ ਕਿਵੇਂ ਦੇਖਾਂ ਇਹਨੂੰ। ਮੰਮੀ ਹਾਂ ਪੁੱਤ, ਆਪਾਂ ਕਰਦੇ ਹਾਂ, ਹਾਂ ਟੈਂਪੂ 'ਤੇ ਚੱਲਦੇ ਹਾਂ। ਟੈਂਪੂ 'ਤੇ ਜਾਣਾ, ਮੈਂ ਤਾਂ ਤੁਰਿਆ ਨਹੀਂ ਜਾਂਦਾ। ਹਾਏ ਹਾਏ
ਕੋਈ ਨਾ ਪੁੱਤ ਪੁੱਤ, ਪਰ ਮੇਰੇ ਕੋਲ ਤਾਂ ਤੈਨੂੰ ਦਵਾਈ ਦਵਾਉਣ ਜੋਗੇ ਪੈਸੇ ਨਹੀਂ ਹੈਗੇ, ਆਪਾਂ ਟੈਂਪੂ ਤਾਂ ਕਿਵੇਂ ਵਗ ਜਾਂਗੇ। ਚੱਲ ਮੈਂ ਕੋਈ ਨਾ ਦੇਖਦੇ ਪੁੱਤ, ਲੈ ਤੂੰ ਖੜਾ ਹੋ, ਖੜਾ ਹੋ ਮੇਰਾ ਬੱਚਾ, ਖੜਾ ਹੋ ਸਿਆਣਾ ਪੁੱਤ ਮੇਰਾ, ਖੜਾ ਹੋ ਜੱਗੀ, ਖੜਾ ਹੋ ਪੁੱਤ। ਮੰਮੀ ਤੁਰਿਆ ਨਹੀਂ ਜਾਂਦਾ, ਖੜਾ ਹੋ ਜਾ ਮੇਰਾ ਬੱਚਾ, ਖੜਾ ਹੋ ਜਾ। ਇਸ ਦੁਨੀਆਂ 'ਚ ਕਿਸੇ ਨੂੰ ਕੋਈ ਹਮਦਰਦੀ ਨਹੀਂ ਕਿਸੇ ਵੀ ਬਿਮਾਰੀ ਨਾਲ। ਕਿਵੇਂ ਤੜਫਦਾ ਮੇਰਾ ਪੁੱਤ, ਕਿਹਨੂੰ ਦੱਸਾਂ ਮੈਂ ਰੱਬਾ। ਹਾਏ ਰੱਬਾ, ਕਿੰਨਾ ਔਖਾ ਹੋ ਰਿਹਾ ਵਿਚਾਰਾ ਜੱਗੀ। ਦੱਸ ਜੇ ਲੈ ਜਾਂਦੇ ਤੁਸੀਂ ਫਿਰ ਕੀ ਹੋ ਜਾਂਦਾ ਵਿਚਾਰੇ ਲਈ? ਪਤਾ ਨਹੀਂ ਪੈਸਾ ਕੋਈ ਹੈਗਾ ਪਤਾ ਨਹੀਂ ਨਾ। ਮੈਂ ਦੇਖਿਆ ਹੋਣੀ ਆ ਜਿਹੜਾ 500 ਰੁਪਏ ਕੱਢੇ ਦੀ ਨਾ ਪੜਾਇਆ ਹੋਣੀ ਆ, ਤਾਂ ਪਈ ਨਹੀਂ ਅੰਦਰ, ਇਹਨਾਂ ਨੂੰ ਕਿੱਦਾਂ ਲੱਗਦਾ। ਚੱਲ ਚੱਲ ਮੇਰਾ ਪੁੱਤ ਚੱਲ, ਤੇਰੇ ਮੈਂ ਗਿਣ ਨਹੀਂ ਦਿੰਦੀ ਪੁੱਤ, ਮੇਰਾ ਫੜਿਆ ਮੈਂ ਤੂੰ ਤੂੰ ਤਾਂ ਮੇਰਾ ਹੀਰਾ ਪੁੱਤ ਆ। ਸੁਣਿਆ ਨਹੀਂ ਪੁੱਤ, ਕੁਛ ਨਹੀਂ ਹੁੰਦਾ, ਮੈਂ ਹੈਗੇ ਤੇਰੀ ਮਾਂ ਜਿਉਂਦੀ ਆ ਪੁੱਤ, ਤੈਨੂੰ ਕੁਛ ਨਹੀਂ ਹੋਣ ਦਿੰਦੀ ਮੇਰੇ ਬੱਚੇ ਨੂੰ ਮੈਂ। ਚੱਲ ਖੜ ਜਾ ਪੁੱਤ, ਛਾਂ 'ਚ ਖੜ ਜਾ, ਇੱਕ ਤਾਂ ਗਰਮੀ ਨੇ ਵੀ ਲਹੂ ਪੀ ਲਿਆ। ਕੋਈ ਨਾ ਮੇਰਾ ਪੁੱਤ, ਹੌਸਲਾ ਰੱਖ ਮੇਰੇ ਬੱਚੇ ਤੂੰ, ਹੈ ਮੇਰਾ ਸਿਆਣਾ ਪੁੱਤ ਹੈ ਤੂੰ ਤਾਂ। ਚਾਚੀ ਤੁਸੀਂ ਦਵਾਈ ਦਵਾਉਣ ਚੱਲੇ ਇਹਨੂੰ? ਹਾਂ ਪੁੱਤ, ਦੇਖੀ ਦੇਖੀ ਕੀ ਹਾਲ ਹੋਇਆ ਪਿਆ ਮੇਰੇ ਪੁੱਤ ਦਾ। ਕਰ ਚਾਚੀ ਠੀਕ ਆ, ਚੱਲ ਕੋਈ ਨਾ, ਮੈਨੂੰ ਪਤਾ ਦਵਾਈ ਦਵਾ ਲਿਆ ਵਧੀਆ ਜੀ, ਹੁਣ ਮੈਂ ਨਾਲ ਤਾਂ ਜਾ ਨੀ ਸਕਦੀ ਚਾਚੀ, ਤੈਨੂੰ ਪਤਾ ਹੀ ਹੈ। ਕੋਈ ਨਾ ਪੁੱਤ, ਜਿਉਂਦੀ ਰਹਤੀ ਜਿਉਂਦੀ ਰਹ ਤੂੰ। ਚੱਲ ਮੈਂ ਜਾਂਦੀ ਹੈਗੀ ਫਿਰ ਦੇਖ ਨਾ ਲੈਣ ਮੈਨੂੰ, ਲੈ ਜੇ ਟੈਂਪੂ ਕਰਾ ਲਓ ਇੱਥੋਂ ਚੰਗਾ। ਕੋਈ ਨਾ ਪੁੱਤ, ਜਿਉਂਦੀ ਰਹਿ ਜਿਉਂਦੀ ਰਹਿ, ਨਹੀਂ ਜਿਉਣ ਜੋਗੀ ਇੱਥੇ, ਨਹੀਂ ਤੂੰ ਮੇਰਾ ਕਿਹੜਾ ਸਾ ਟਾਈਮ 'ਤੇ ਸਹਾਰਾ ਦੇ ਕੇ ਗਈ ਆ ਮੈਨੂੰ। ਰੱਬ ਤੈਨੂੰ ਮੇਰੀ ਵੀ ਉਮਰ ਲਾ ਦੇ ਪੁੱਤ, ਹੈ ਕਿੰਨੀ ਸਿਆਣੀ ਆ ਪੁੱਤ ਤੇਰੀ ਭਾਬੀ, ਹੈ ਆਪਣੀ ਕਿੰਨੀ ਮਦਦ ਕਰਕੇ ਗਈ ਆ ਵਿਚਾਰੀ, ਉਹ ਟਾਈਮ 'ਚ ਜਦ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਤੀ ਮੇਰਾ ਪੁੱਤ। ਚੱਲ ਚੱਲ ਹੁਣ ਤਾਂ ਤੂੰ ਹਿੰਮਤ ਕਰ, ਹੁਣ ਤਾਂ ਹੁਣ ਤੁਸੀਂ ਆਪਾਂ ਪੁੱਤ ਕਿਤੇ ਟੈਂਪੂ ਦੇਖ ਲੈਂਦੇ ਹਾਂ, ਜੇ ਨਹੀਂ ਤੁਰਿਆ ਜਾਂਦਾ ਮੇਰੇ ਪੁੱਤ ਤੋਂ ਮੈਂ ਮੇਰੇ ਪੁੱਤ ਨੂੰ ਟੈਂਪੂ 'ਚ ਲੈ ਜੂੰਗੀ। ਪੁੱਤ ਤੇਰੀ ਮਾਂ ਜੀ ਆਉਂਦੀ ਹੈ ਹਜੇ, ਤੈਨੂੰ ਕੁਛ ਨਹੀਂ ਹੋਣ ਦਿੰਦੀ, ਤੈਨੂੰ ਕੁਛ ਨਹੀਂ ਹੋਣ ਦਿੰਦੀ ਪੁੱਤ, ਮੈਂ ਤੈਨੂੰ ਦਵਾਈ ਦਵਾਉਂਗੀ। ਫਿਰ ਕੀ ਹੋ ਗਿਆ ਜੇ ਆਪਣਾ ਰੱਬ ਵੈਰੀ ਬਣ ਗਿਆ, ਰੱਬ ਇਹ ਜੀ ਕਿਸਮਤ ਨਾ ਤੂੰ ਕਿਸੇ ਦੀ ਲਿਖ ਲਿਖੀ, ਇੱਕ ਪੁੱਤ ਬਾਲਾ ਉੱਪਰੋਂ ਬਿਮਾਰੀ। ਆ ਸੁੱਤੀ ਪਈ ਹੈ ਕਰਮਜੀਤ। ਹਾਂਜੀ ਆ ਗਈ। ਤੂੰ ਸੁੱਤੀ ਪਈ ਹੈਗੀ? ਬਸ ਉਹੀ ਅੱਖ ਜੀ ਲੱਗ ਗਈ ਤੀ। ਅੱਛਾ ਐ ਕਰ, ਉਹ ਜਿਹੜਾ ਤੈਨੂੰ ਮੈਂ ਦਿੱਤਾ ਨਾ 500 ਰੁਪਏ ਪਰਸੋਂ, ਹੈਨਾ, ਉਹ ਦੇ ਮੈਨੂੰ। ਅੱਛਾ ਤੁਹਾਨੂੰ ਪੈਸੇ ਚਾਹੀਦੇ ਆ? ਹਾਂ ਦਹੀਂ ਦਹੀਂ ਉੱਠਦੀ ਮੜ ਜਾ। ਪੈਸੇ ਤਾਂ ਉਹ ਤਾਂ ਮੈਂ ਦਾਲ ਸਬਜ਼ੀ ਲੈ ਲਈ ਤੀ, ਹੈ ਨਹੀਂ ਗੇ ਮੇਰੇ ਕੋਲ। ਦਾਲ ਸਬਜ਼ੀ ਲੈ ਲਈ? ਤੂੰ ਦਾਲ ਸਬਜ਼ੀ ਕਦੋਂ ਲੈ ਲਈ? ਸਾਰਾ ਕੁਝ ਤਾਂ ਖੇਤ ਚੋਂ ਆਉਂਦਾ ਹੈਗਾ, ਜਾਂ ਮੰਮੀ ਲਿਆਉਂਦੀ ਹੈ, ਤੂੰ ਤਾਂ ਕੁਝ ਖਰੀਦਦੀ ਨਹੀਂ ਹੈਗੀ। ਲੈ ਜਦ ਮੰਮੀ ਨਹੀਂ ਘਰੇ ਹੁੰਦੇ ਫਿਰ ਮੈਨੂੰ ਲੈਣਾ ਪੈਂਦਾ। ਹੁਣ ਤੁਸੀਂ ਤਾਂ ਕਹਿ ਦਿੰਦੇ ਵੀ ਸਬਜ਼ੀ ਨਾਲ ਖੀਰੇ ਕੱਟਦੇ, ਖੇਤ 'ਚ ਖੀਰੇ ਥੋੜ੍ਹੀ ਲੱਗੇ ਹੋਏ, ਹੁਣ ਉਹ ਤਾਂ ਮੈਂ ਹੀ ਲੈਂਦੀ ਹਾਂ। ਮੇਰੀ ਸੁਣ ਗੱਲ, ਉਹ ਦਾਲ ਸਬਜ਼ੀ ਵਾਸਤੇ ਮੰਮੀ ਤੋਂ ਲੈ ਲਿਆ ਕਰ, ਤੈਨੂੰ ਮੈਂ ਔਖੇ ਟਾਈਮ ਦਿੱਤੇ ਤੇ ਪੈਸੇ, ਉਹ ਵੀ ਚੱਲ ਕੋਈ ਔਖਾ ਟਾਈਮ ਆਊਗਾ ਜਾਂ ਤੂੰ ਵਰਤ ਲਈ ਜਾਂ ਮੈਂ ਵਰਤ ਲੂੰ। ਲੈ ਹੁਣ ਮੈਂ ਔਖੇ ਟਾਈਮ ਨੂੰ ਹੀ ਤਾਂ ਵਰਤੇਂਗੇ, ਤੁਸੀਂ ਤਾਂ ਉਹੀ ਕਰੀ ਜਾਂਦੇ ਹੋ ਜੀ, ਮੈਨੂੰ ਲੱਗਦਾ 100 ਵਜਾ ਪਿਆ ਹੋਣਾ, ਉਹ ਲੈ ਜਾਓ ਜੇ ਲਿਜਾਣਾ, ਫਿਰ ਲੱਗੇ ਮੈਨੂੰ ਦਿੱਤਾ ਨਹੀਂ। ਹੁਣ 150 ਮੈਂ ਕੀ ਲੈਣਾ ਤੇ ਤੂੰ, ਤੈਨੂੰ ਥੋੜ੍ਹਾ ਖਾਲੀ ਕਰੂੰਗਾ ਹੁਣ ਮੈਂ, ਚੱਲ ਤੂੰ ਵਰਤ ਲਈ ਉਹਨੂੰ ਅੱਗੇ ਤੇ ਨਾ।
ਤੂੰ ਕੋਈ ਵੀ ਪੈਸਾ ਖਰਚਣਾ ਨਾ ਤੂੰ ਮੇਰੇ ਦਿੱਤੇ ਹੋਏ ਪੈਸਾ ਨਾ ਖਰਚਿਆ ਕਰ, ਮੰਮੀ ਤੂੰ ਲੈ ਲਿਆ ਗਾ, ਠੀਕ ਹੈ? ਠੀਕ ਹੈ, ਹਾਂ ਚੱਲ ਐਂ ਕਰ, ਕਰ ਲਾ ਆਰਾਮ ਫਿਰ ਤੂੰ, ਹੈ? ਆਹੋ ਮੰਮੀ ਤੋਂ ਲੈ ਲਓ ਤੁਸੀਂ। ਆਹੋ ਚੱਲ, ਮੰਮੀ ਤੂੰ ਖਰਕਾਨ ਲੈਣੇ ਹੈਗੇ ਆ ਮੇਰੇ ਕੋਲ, ਮੈਨੂੰ ਤਾਂ ਐਂ ਤਾਂ ਵੀ ਚੱਲ ਘਟੇ ਵਧੇ ਕੰਮ ਆ ਜਾਂਦੇ। ਚੱਲ ਕੋਈ ਨਹੀਂ, ਲੈ ਲਓ ਤੁਸੀਂ, ਮੇਰੇ ਜਾਣੇ ਤੁਹਾਨੂੰ ਤਾਂ। ਚੱਲ ਮੈਂ ਮੰਗਦਾ ਮੰਮੀ ਤੋਂ ਪੈਸੇ, ਕੋਈ ਨਹੀਂ, ਠੀਕ ਹੈ ਤੂੰ ਕਰ ਲੈ ਆਰਾਮ, ਕੋਈ ਨਹੀਂ। ਸ਼ੁਕਰ ਹੈ ਬਚ ਗਈ ਮੈਂ। ਦੱਸ ਮੈਨੂੰ ਤਾਂ 500 ਰੁਪਇਆ ਫੜਾਇਆ, ਉਹ ਵੀ ਮੰਗਣ ਆ ਗਏ। ਜੇ ਮੈਂ ਕਿਹਾ ਮੰਮੀ ਤੋਂ ਲੈ ਲਾ, ਮੰਮੀ ਤੋਂ ਕੀ ਮੰਗਣੇ ਹੈਗੇ ਆ ਮੇਰੇ ਕੋਲ, ਵੀ ਜਦ ਹੈਗੇ ਤੁਹਾਡੇ ਲਵੋ, ਫਿਰ ਮੈਥੋਂ ਕਾਹਤੇ ਮੰਗ ਰਹੇ ਹੋ? ਸ਼ੁਕਰ ਹੈ ਮੈਨੂੰ ਸਬਜ਼ੀ ਦਾ ਬਹਾਨਾ ਯਾਦ ਆ ਗਿਆ, ਨਹੀਂ ਮੈਂ ਕੀ ਜਵਾਬ ਦਿੰਦੀ ਵੀ ਪੈਸੇ ਗਏ ਕਿੱਥੇ। ਜੇ ਇਹਨਾਂ ਨੂੰ ਪਤਾ ਲੱਗ ਜਾਂਦਾ ਮੈਂ ਚਾਚੀ ਨੂੰ ਦਿੱਤੇ ਆ, ਮੈਨੂੰ ਤਾਂ ਉਰੇ ਜੀਣ ਦੇਣਾ ਦੀ ਇਹਨਾਂ ਨੇ। ਸ਼ੁਕਰ ਹੈ ਪਰਮਾਤਮਾ। ਪਰ ਇੱਕ ਗੱਲ ਹੈਗੀ ਹੈ ਨਾ, ਮੈਂ ਉਹੀ ਇਹਨਾਂ 'ਤੇ ਸ਼ੱਕ ਕਰੀ ਜਾਂਦੀ ਹਾਂ, ਇਹਨਾਂ ਨਾਲ ਕੜਵਾਹਟ ਰੱਖੀ ਜਾਂਦੀ ਹਾਂ ਮੈਂ। ਖਬਰ ਚਾਚੀ ਹੋ ਰਹੀ ਹੈ ਗਲਤ, ਹੁਣ ਜੱਗੀ ਹੋ ਰਹੀ ਹੈ ਨਾ, ਕੀ ਕਰਾਂ ਮੈਂ, ਸਮਝ ਹੀ ਨਹੀਂ ਆ ਰਹੀ, ਕਿਹਤੋਂ ਪਤਾ ਕਰਾਂ ਮੈਂ। ਫੋਨ, ਫੋਨ 'ਚ ਵੀ ਕਿਹਦਾ ਨੰਬਰ ਹੈ ਜਿਹਤੋਂ ਮੈਂ ਪਤਾ ਕਰ ਲਾਂ। ਵੀਰਾ ਕਦੋਂ ਕੰਮ ਆਊਗਾ ਮੇਰੇ? ਵੀਰੇ ਨੂੰ ਇਹ ਕਹਿੰਦੀ ਹਾਂ ਵੀ ਵੀਰੇ ਪਤਾ ਕਰਕੇ ਦੱਸ ਮੈਨੂੰ ਇਹਨਾਂ ਬਾਰੇ। ਵੀਰੇ ਨੂੰ ਕਰਕੇ ਦੇਖੋ ਫਿਰ, ਕਦੋਂ ਕੰਮ ਕਚਹਿਰੀਆਂ 'ਚ ਲੱਗਿਆ ਹੋਇਆ, ਨਾਲੇ ਉਹ ਮੇਰੇ ਯਾਦ ਹੀ ਨਹੀਂ ਰਹਿੰਦਾ ਹੈਗਾ। ਹੈਲੋ, ਸਤਿ ਸ਼੍ਰੀ ਅਕਾਲ ਵੀਰੇ, ਮੈਨੂੰ ਤਾਂ ਨਾ ਕੰਮ ਹੈ ਤੇਰੇ ਤੋਂ ਹੀ। ਕਿੰਨਾ ਬੁਝ ਲੱਗ ਰਹੀ ਨਾ, ਹਾਂ ਨਹੀਂ ਇੱਥੇ ਠੀਕ ਆ। ਤੋੜਦੇ ਤੋੜਦੇ ਇਹਨੂੰ ਛੱਡੀ ਨਾ, ਮੈਂ ਆਹ ਲੱਛਣ ਕੀ ਫੜਿਆ, ਚਲ ਉਧਰ ਚਲ ਹੋ ਜਾ। ਹਾਂ ਮੈਂ ਨਹੀਂ ਜਾਣਾ, ਮੈਂ ਤਾਂ ਇੱਥੇ ਖੇਲੂੰਗਾ। ਮੈਂ ਪਹਿਲਾਂ ਆਹ ਦੇਖਦਾ ਤਾਂ ਤੋੜ ਕੇ ਰੱਖਦੀ, ਹੁਣ ਫਿਰ ਲੱਗਿਆ ਪਿਆ ਝੂਠਣੇ ਦੇ ਨਾਲ। ਮੈਂ ਨਹੀਂ ਤੋੜਿਆ ਹੈਗਾ। ਹਾਂ ਮੰਮੀ, ਮੈਂ ਤੂੰ ਮੰਮੀ ਨੂੰ ਕੀ ਦੱਸ ਦਾਂਗਾ, ਹੈ ਮੰਮੀ ਫੜ ਜਾ ਕਰਾਂ, ਮੈਂ ਲਾਉਂਦੀ ਤੇਰੇ ਚੱਕ ਲਈ, ਚੱਲ ਤਾਂ ਚੱਲ ਲੈ ਜਾ ਕਰ ਆਪਦੇ ਨੂੰ, ਬਸ ਲੋੜ ਨੀ ਹੈਗੀ, ਇੱਥੇ ਇੰਨਾ ਗੰਦ ਪਾਉਂਦਾ ਨਾ ਕੋਈ ਅੰਤ ਨੀ। ਤੈਨੂੰ ਪਤਾ ਇਹਦਾ ਕਿੰਨੇ ਦਿਨ ਦਾ ਬਹੁਤ ਬਿਮਾਰ ਹੈ, ਤਾਂ ਵਿਚਾਰਾ ਅੱਗੇ ਉਤਰ ਆ, ਉਹ ਮੈਂ ਹੀ ਕਹਿਤਾ, ਮੈਂ ਕਿਹਾ ਮਾੜਾ ਮੋਟਾ ਚੱਲ ਨਿਸ਼ਚੇ ਕੁਛ ਮਨ ਹੋਰ ਹੋ ਜਾਂਦਾ ਜਵਾਕ ਦਾ, ਇਹ ਤਾਂ ਬਹੁਤਾ ਜ਼ਿਆਦਾ ਬਿਮਾਰ ਹੋਇਆ ਨਾ। ਜੇ ਮਨ ਹੋਰ ਹੋ ਜਾਂਦਾ ਜ਼ਰੂਰੀ ਤਾਂ ਨਹੀਂ ਇਹਦੇ ਨਾਲ ਝੂਠਣਾ, ਪਤਾ ਕਿੰਨੇ ਕਿੰਨੇ ਪੈਸੇ ਲੱਗੇ ਇਹਨਾਂ 'ਤੇ। ਕੋਈ ਨਾ ਭੈਣੇ, ਗੁੱਸਾ ਨਾ ਕਰ, ਮੈਂ ਰੋਕ ਦਿੰਦੀ ਹਾਂ ਇਹਨੂੰ, ਮੈਂ ਕਹਿ ਦਿੰਦੀ ਹਾਂ, ਕੋਈ ਨਾ ਜਾ ਲੈ ਜਾ, ਲੈ ਜਾ ਬਸ। ਫਿਰ ਮੈਂ ਕੀ ਹੋ ਗਿਆ ਮੰਮੀ, ਇਹਦੇ ਨਾਲ ਝੂਠੀ ਜਾਂਦਾ ਗਾ, ਹੋਰ ਮੈਂ ਤਾਂ ਰੋਕ ਦਿੰਦੀ ਹਾਂ ਮੈਂ। ਦੇਖੀ ਠੀਕ ਹੈਗਾ ਚਾਚੀ ਹੁਣ? ਬਸ ਮਾੜਾ ਮੋਟਾ ਜੀ ਠੀਕ ਹੈ, ਦੇਖੀ ਕਰਮਜੀਤ ਬਹੁਤ ਬੁਰੀ ਹਾਲਤ ਸੀ ਇਹਦੀ, ਤੈਂ ਤਾਂ ਉਹਦੇ ਦੇਖਿਆ ਸਾਨੂੰ ਜਾਂਦਿਆਂ ਨੂੰ, ਦੇਖ ਲੈ ਹੋਰ ਬਸ ਕਰ ਜਾ, ਖੇਲੀ ਜਾਂਦੇ ਮੰਮੀ। ਕਿਉਂ ਕੀ ਗੱਲ? ਮੈਨੂੰ ਕਹਿ ਕੀ ਆਇਆ, ਕਹਿੰਦਾ ਮੰਮੀ ਮੈਂ ਤਾਈ ਕੇ ਵਿਹੜੇ 'ਚ ਜਾਂਦਾ। ਮੈਂ ਕਿਹਾ ਚੱਲ ਕੋਈ ਨਾ ਬਿੰਦ ਖੇਡ ਲਾ ਕੁਛ, ਕੋਈ ਨਾ ਖੇਡ ਲੈਂਦੇ, ਉੱਥੇ ਪਿਆ ਵੀ ਬੰਦਾ ਬਿਮਾਰ ਹੀ ਹੁੰਦਾ ਹੈਗਾ। ਕਰਮਜੀਤ ਤੂੰ ਬਾਹਲੀ ਜਿੱਦ ਨਾ ਕਰਿਆ ਕਰ, ਇਹ ਮਸਤ ਜਾਂਦਾ ਤੇਰੀਆਂ ਗੱਲਾਂ ਸੁਣ ਕੇ। ਮੇਰੀਆਂ ਗੱਲਾਂ ਕੀ ਮੰਮੀ, ਤੁਸੀਂ ਸਿਰੇ ਸਿਰ ਚੜੀ ਜਾਂਦੇ ਹੋ, ਕਿੰਨੀ ਵਾਰ ਕਹਿਤਾ ਮੈਂ? ਕਿਉਂ ਮੈਂ ਕੀ ਸਿਰ ਚੜਨੇ, ਸਿਰ ਤਾਂ ਇਹ ਚੜਾਇਆ ਹੈਗਾ, ਚੱਲ ਵੇਖੋ। ਨਹੀਂ ਨਹੀਂ ਭੈਣੇ,
ਦੋਨੇ ਜਾਣੇ ਮਾਂ ਪੁੱਤ ਸਾਡੇ ਚ ਲੜਾਈ ਵਧਾਈ ਜਾਂਦੇ ਹੋ, ਇਹਨੂੰ ਲੈ ਜਾ ਚੁੱਪ ਕਰਕੇ। ਬਸ ਕਰ ਜਾ ਹੁਣ, ਹੋਰ ਕਿੰਨਾ ਕੁ ਕਲੇਸ਼ ਪਵਾਏਗੀ, ਲੈ ਜਾ ਇਹਨੂੰ ਆਪਦੇ ਨੂੰ। ਮੈਂ ਲੈ ਜਾਈਏ ਭੈਣੇ, ਪਰ ਦੇਖਿਆ ਨੀ ਲਾਗੋ ਨੇ ਕੁਛ ਨੀ ਕਿਹਾ। ਕੋਈ ਨਾ ਖੇਡਣ ਦੇ, ਇਹਦਾ ਵਿਚਾਰੀ ਬੋਲ ਮੁੰਡੇ ਨੂੰ ਕਹਿੰਦੀ ਤੇ ਦੇਖੀ ਉਹਨੀਆਂ ਪਿਆਰ ਕਰਦੀ ਆ ਜਵਾਕ ਨੂੰ। ਮੈਂ ਇਹ ਜੇ ਲਾਉਂ ਦੇਖ ਲਾ ਫੇਰ ਚਿੰਬੜੀ ਜਾਂਦਾ ਉਹਨੂੰ, ਫੇਰ ਕੀ ਘਸ ਜੂਗਾ ਤੇਰੀ ਪੌੜੀ ਦਾ। ਮੈਨੂੰ ਆਈ ਨਹੀਂ ਕਰ ਜਾ, ਚੁੱਪ ਕਰ ਜਾਂਦੀ ਏ ਚਾਚੀ। ਮੈਂ ਕੋਈ ਗਾਲਾਂ ਨਹੀਂ ਖਾਂਦੀ, ਇਹ ਤਾਂ ਉਹੀ ਜਾਨਵਰ ਬਣੇ ਪਏ ਹੈਗੇ ਭੈਣੇ। ਸਾਡੇ ਘਰ ਸਾਡੇ ਘਰ ਚ ਨਾ ਕਲੇਸ਼ ਮੇਰੀ ਗੱਲ ਸੁਣ, ਤੁਸੀਂ ਹੱਥ ਨਾ ਜੋੜੋ ਨਾ ਮੇਰੀ ਗੱਲ ਸੁਣ। ਮੰਮੀ ਦੀ ਗੱਲ ਖਾਈ ਜਾਂਦੀ ਆ ਉਹਨੂੰ ਨਾ, ਕੀ ਗੱਲ ਹੈਗੀ ਤੈਨੂੰ ਇਹਦੀਆਂ ਗੱਲਾਂ ਜ਼ਿਆਦਾ ਹੋ ਗਈ, ਗੌਰ ਕਰਦੀ ਆ ਕਿਧਰੇ? ਹਾਂ ਮੈਂ ਕਰਦੀ ਆ ਕਿ ਗੌਰ। ਹਾਂ ਗੱਲ ਕਰਦੀ ਆ, ਜਦ ਮੈਂ ਕਰਸ ਆਉਂਦਾ ਕਿਤੇ ਇਹਨਾਂ ਤੇ ਤੈਨੂੰ ਹਾਂ ਆਉਂਦਾ ਹੈਗਾ। ਚਲ ਪਹਿਲਾਂ ਤਾਂ ਤੈਨੂੰ ਬਾਹਰ ਮੈਨੂੰ ਵੀ ਦੇਖ, ਫੇਰ ਦੇਖੂੰਗਾ। ਆਹ ਕੀ ਗੱਲ ਬਣੀ ਮੰਮੀ? ਚਲ ਚਲ ਚਲ, ਬਹੂ ਦਾ ਕੋਈ ਕਸੂਰ ਨਹੀਂ ਹੈਗਾ ਭੈਣੇ, ਉਹਨੇ ਤਾਂ ਕੁਝ ਨਹੀਂ ਕਿਹਾ ਵਿਚਾਰੀ ਨੇ। ਵੀਰੇ ਤੂੰ ਹਾਂ ਧੱਕਾ ਕਿਹਨੇ ਮਾਰੇ? ਮੈਂ ਮਾਰੇ? ਕੋਈ ਨਾ ਵੀਰੇ, ਸਾਡੇ ਧੱਕਾ ਕਾਹਦੇ ਵਾਸਤੇ ਮਾਰਦੇ ਹੋ? ਇਹ ਕੰਮ ਹੀ ਇਹੋ ਜਿਹਾ ਕਰਦੀ ਹੈ। ਲੈ ਮੈਂ ਕੀ ਕੰਮ ਕੀਤਾ ਮੰਮੀ? ਤੁਸੀਂ ਨਹੀਂ ਘੱਟ ਹੈਗੇ, ਕਮਾਲ ਦੀ ਗੱਲ ਹੈ, ਕੁਛ ਨਹੀਂ ਕਿਹਾ ਹੈਗਾ ਜਮਾ ਹੀ। ਨੀ ਬਸ ਕਰ ਭੈਣੇ, ਬਸ ਕਰ ਤੂੰ, ਆ ਤੇਰੇ ਕਰਕੇ ਹੁੰਦਾ ਸਾਰਾ ਕੁਛ। ਆ ਵੀਰੇ ਮੇਰੀ ਗੱਲ ਸੁਣ, ਤੂੰ ਕਦੋਂ ਕੋ ਆਏਂਗਾ? ਸਾਡੀ ਗੱਲਬਾਤ ਤੇ ਸੁਣੇ ਲਈ ਹੋਣੀ ਕਿ ਹੁਣੀ ਹੈ? ਹਾਂ ਸੁਣ ਲਈ ਮੈਂ ਸਾਰੀਆਂ ਗੱਲਾਂ, ਬਸ ਸਾਡੇ ਕਰਕੇ ਸਹੀ ਨਹੀਂ ਹੈ। ਕਿਉਂ ਕੀ ਸਹੀ ਨਹੀਂ? ਤੈਨੂੰ ਕੀ ਲੱਗਦਾਗਾ ਮੇਰਾ ਦਿਮਾਗ ਹੱਲੇ ਨਾ? ਕੀ ਕਸੂਰ ਹੈ ਸਾਡੀ ਭੈਣ ਚ? ਸਾਰੇ ਕਸੂਰ ਇਹ ਚ ਹੈ, ਦੱਸੋ ਕੀ ਕਸੂਰ? ਹਾਂ ਇਹ ਮੇਰੀ ਨੂੰ ਹੈ, ਮੇਰੀ ਨੂੰ ਦੱਸੋ, ਮੇਰੀ ਨੂੰ ਮਾਪਿਓ ਨੂੰ ਦੱਸੋ, ਅਸੀਂ ਠੀਕ ਕਰਾਂਗੇ। ਪਹਿਲਾਂ ਗੱਲ ਸੁਣ ਲਾ, ਕਰਨ ਦਾ ਕੀ ਗੱਲ ਹੈ? ਬੋਲੀ ਆ ਨਾ, ਮੇਰੀ ਨੂੰ ਹੈ, ਮੇਰੀ ਨੂੰ ਵਰ ਕੇ ਰਹੇ ਨਾ ਕਿ ਇਹਨਾਂ ਦੀ। ਮੰਮੀ ਘੱਟ ਬੋਲੋ, ਭਾਈ ਹੈਗਾ ਮੇਰਾ ਜਿਹਦੇ ਨਾਲ ਤੁਸੀਂ ਐ ਚੱਪਰ ਚੱਪਰ ਬੋਲ ਰਹੇ ਹੋ। ਕੋਈ ਨਾ ਫਿਰ ਬੋਲਦੀ ਤੇ, ਭਾਈ ਵੀ ਬੋਲੀ ਜਾਂਦਾ ਹੈਗਾ ਤਾਂ ਬੋਲਦੀ ਆ। ਤੂੰ ਇਹਨਾਂ ਨਾਲ ਗੁੱਸਾ ਕਰ ਭੈਣੇ, ਬਹੂ ਨੇ ਤਾਂ ਕੁਛ ਨਹੀਂ ਕਿਹਾ ਵਿਚਾਰੀ, ਉਹ ਤਾਂ ਸਾਡੇ ਨਾਲ ਉਹ ਹਮਦਰਦੀ ਰੱਖਦੀ ਸੀ। ਤੂੰ ਪਾਸੇ ਹੋ ਜਾ ਬਸ, ਹਮਦਰਦੀ ਰੱਖਦੀ ਸੀ। ਵੀਰੇ ਸਾਡੇ ਘਰ ਦੀ ਗੱਲ ਤਾਂ ਕੋਈ ਨਹੀਂ ਹੈਗੀ, ਪਤਾ ਕੀ ਹੈਗਾ ਇਹ ਤਾਂ ਚਾਚੀ ਕਰਕੇ ਹੈਗਾ, ਬਸ ਚਾਚੀ ਨਾਲ ਗੱਲ ਹੋਈ ਸੀ ਮੇਰੀ। ਨਹੀਂ ਇਹ ਤਾਂ ਤੁਸੀਂ ਧੱਕੇ ਮਾਰੋਗੇ, ਸਾਡੇ ਘਰ ਦਾ ਮਾਮਲਾ ਹੈ, ਠੀਕ ਹੈ? ਬੋਲਣ ਦੀ ਲੋੜ ਨਹੀਂ, ਆਪਦੀ ਭੈਣ ਨੂੰ ਮਿਲਣ ਆਇਆ, ਮਿਲ ਕੇ ਲੰਘਦਾ ਹੋ, ਜ਼ਿਆਦਾ ਹਮਦਰਦੀ ਹੈ, ਭੈਣ ਨੂੰ ਵੀ ਨਾਲ ਲੈ ਜਾ, ਇਹ ਕਿਹੜਾ ਸਾਡੇ ਕਹਿਣੇ ਜਾਏਗੀ। ਮਾਸੀ ਭੈਣ ਨੂੰ ਵੀ ਮੈਂ ਲੈ ਜਾਊਂਗਾ, ਪਰ ਪਹਿਲਾਂ ਇਹ ਦੱਸੋ ਵੀ ਜੱਗੀ ਦੀ ਜ਼ਮੀਨ ਕਿੱਥੇ ਹੈ? ਨਾ ਤੈਂ ਜ਼ਮੀਨ ਤੋਂ ਕੀ ਲੈਣਾ ਹੈਗਾ, ਬੋਲੀ ਜਾਂਦਾਗਾ। ਨਾ ਜ਼ਮੀਨ ਤੋਂ ਲੈਣਾ ਨਹੀਂ ਹੈਗਾ, ਆਪਦਾ ਰੋਟੀ ਪਕਾਉਣ, ਆਪਦੀ ਖਾਣ, ਇਹ ਵਿਚਾਰੇ ਦੂਜੇ ਦੇ ਚੁੱਲ੍ਹੇ ਕਿੰਨੀ ਝਾਕਦੇ ਨੇ। ਨਾ ਮੈਂ ਦੱਸਦੀ ਹਾਂ ਤੈਨੂੰ ਜ਼ਮੀਨ ਦੀ ਗੱਲ, ਇਹਦਾ ਪਿਓ ਤਾਂ ਨਾ ਭੁੱਕੀ ਫੀਮ ਤੇ ਜੂਆ ਖੇਡਦਾ ਸੀ, ਸਾਰਾ ਕੁਛ ਖਾ ਗਿਆ ਤੇ ਹਾਰ ਗਿਆ, ਮਰ ਗਿਆ ਜਾਇ ਵੱਡਾ ਉਹ। ਤੇ ਮਾਸੀ ਜੇ ਜ਼ਮੀਨ ਨਹੀਂ ਹੈਗੀ ਤੇ ਆ 5 ਕਿੱਲੇ ਜਗੀਰ ਸਿੰਘ ਦੇ ਨਾਂ ਕਿਵੇਂ ਬੋਲਦੇ ਆ ਹਾਈ ਦੱਸੋ ਹੈ? ਆ ਕੀ ਹੈ ਮੰਮੀ? ਆ ਦੇਖ ਚਾਚੀ। ਚਾਚੀ ਫਿਕਰ ਨਾ ਕਰ, ਛੋਟੀ ਜ਼ਮੀਨ ਛੋਟੀ ਹੋਆ। ਇਹ ਭੈਣ ਦੇ ਸਹੁਰੇ ਨੇ ਰਲ ਕੇ ਜ਼ਮੀਨ ਨਾ ਕਰਵਾ ਕੇ ਮੁਖਤਿਆਰਨਾਮਾ ਲਿਆ ਸੀ ਤੇ ਜਿਹੜਾ ਉਹਨਾਂ ਦੀ ਮੌਤ ਤੋਂ ਬਾਅਦ ਰੱਦ ਹੋ ਗਿਆ, ਹੁਣ ਜ਼ਮੀਨ ਵਾਪਸ ਤੁਹਾਡੀ ਹੋਆ। ਅੱਛਾ ਗੱਲ ਹੈਗੀ ਵਿੱਚੋਂ? ਹਾਂ। ਨਹੀਂ ਨਹੀਂ ਮੈਨੂੰ ਤਾਂ ਲੱਗਦਾ ਇਹ ਝੂਠਾ ਹੈਗਾ ਸਾਰਾ ਕੁਛ। ਕਾਗੇ ਝੂਠ ਨਹੀਂ ਬੋਲਦੇ ਮਾਸੀ। ਨਹੀਂ ਨਹੀਂ ਭੈਣੇ, ਤਾਂ ਝੂਠ ਬੋਲਿਆ ਭੈਣੇ, ਉਹ ਤਾਂ ਦੂਸਰ ਲਾਇਆ ਤਾਂ
ਉਹਨੇ ਕੋਈ ਜੂਆ ਨਹੀਂ ਖੇਡਿਆ, ਕੋਈ ਜੂਆ ਨਹੀਂ ਖੇਡਿਆ। ਅੱਛਾ ਚਾਚੀ, ਫਿਰ ਤੂੰ ਉਦਾਂ ਦੀ ਕਾਹਤੇ ਸੁਣ ਰਹੀ ਹੈ, ਤੂੰ ਉਦਾਂ ਦੀ ਕਾਹਤੇ ਨਹੀਂ ਬੋਲੀ। ਕੋਈ ਜੂਆ ਨਹੀਂ ਖੇਡਿਆ ਉਹਨੇ। ਹਾਂ ਫਿਕਰ ਨਾ ਮਾਸੀ, ਪਹਿਲਾਂ ਭੈਣ ਹੀ ਤੇਰੇ ਨਾਲ ਸੀ, ਹੁਣ ਮੈਂ ਵੀ ਤੇਰੇ ਨਾਲ। ਕੋਈ ਨਾ, ਹਾਲ ਸਾਂਭ ਕੇ ਰੱਖ ਚਾਚੀ, ਸਭ ਕੁਛ ਤੇਰਾ ਹੀ ਹੈ, ਸਾਂਭ ਕੇ ਰੱਖੋ ਆਪਦਾ। ਜਿਉਂਦੀ ਰਹਿ ਤੀਏ, ਜਿਉਂਦੀ ਰਹਿ, ਜਿਉਂਦਾ ਰਹਿ ਮੇਰੇ ਪੁੱਤ। ਤੁਹਾਨੂੰ ਮੇਰੀ ਵੀ ਉਮਰ ਲੱਗਦੀ ਭੈਣ ਭਾਈਆਂ ਨੂੰ। ਫਿਕਰ ਨਾ ਕਰੋ ਮਾਸੀ, ਮੇਰਾ ਪੁੱਤ ਅਸੀਂ ਤੁਹਾਡੇ ਨਾਲ ਵਾਲਾ ਹੋ ਗਿਆ, ਅੱਜ ਮੇਰਾ ਪੁੱਤ ਜੱਗੇ ਜੱਗੇ ਤੂੰ ਜ਼ਮੀਨ ਵਾਲਾ ਪੁੱਤ, ਤੇਰੇ ਕੋਲ ਜ਼ਮੀਨ ਆ, ਆਪਾਂ ਜ਼ਮੀਨ ਵਾਲੇ। ਕੋਈ ਨਾ ਮਾਸੀ, ਇਲਾਜ ਹੋ ਜੂਗਾ ਹੁਣ ਜੱਗੀ ਦਾ ਵੀ, ਚੰਗੇ ਡਾਕਟਰ ਨੂੰ ਦਿਖਾ ਲਿਓ, ਖਬਰੇ ਠੀਕ ਹੋਈ ਜਾਵੇ ਵੀ। ਅਸੀਂ ਤਾਂ ਪੁੱਤ ਬਹੁਤ ਮਾੜੀ ਜ਼ਿੰਦਗੀ ਜੀ ਰਹੇ ਹਾਂ, ਸਾਡਾ ਤਾਂ ਬਹੁਤ ਬੁਰਾ ਹਾਲ ਹੈ ਪੁੱਤ। ਜੇ ਮਾੜੀ ਮੋਟੀ ਤੇਰੀ ਭੈਣ ਹਮਦਰਦੀ ਕਰਦੀ ਤੀ ਸਾਡੇ ਕਰਕੇ ਵਿਚਾਰੀ ਨਾਲ, ਇਹਦੇ ਨਾਲ ਵੀ ਕਲੇਸ਼ ਹੁੰਦਾ ਸੀ। ਭੈਣੇ ਅਸੀਂ ਤੇਰੇ ਸਕੇ ਤੇ, ਪਰ ਤੇ ਸਾਡੇ ਨਾਲ ਚੰਗੀ ਨਹੀਂ ਕੀਤੀ, ਸਾਡੇ ਨਾਲ ਚੰਗੀ ਨਹੀਂ ਕੀਤੀ ਭੈਣੇ ਤੇ। ਇਨਸਾਨੀਅਤ ਰੱਖੀ ਦੀ ਆ ਮਾਸੀ ਜੀ, ਇਹ ਵੀ ਤੁਹਾਡੇ ਆਪਣੇ ਨੇ ਪੁੱਤ। ਸਾਡੀ ਮਾੜੀ ਕਿਸਮਤ ਹੈ, ਸਾਡੀ ਬਹੁਤ ਮਾੜੀ ਕਿਸਮਤ ਹੈ ਬੱਚੇ, ਅਸੀਂ ਤਾਂ ਬਹੁਤ ਬੁਰੀ ਜ਼ਿੰਦਗੀ ਜੀ ਰਹੇ ਹਾਂ ਇਸ ਟਾਈਮ। ਮੇਰਾ ਪੁੱਤ ਇੱਕ ਤਾਂ ਰੱਬ ਨੇ ਇਹਨੂੰ ਦੇ ਦਿੱਤੀ ਸਜ਼ਾ ਲਾਈ ਵੀ ਹੈ, ਇੱਕਾ ਘਰ ਦੇ ਕਰਕੇ ਪੁੱਤ ਅਸੀਂ ਬਹੁਤ ਸਜ਼ਾ ਭੁਗਤ ਰਹੇ ਹਾਂ, ਪਰ ਅਸੀਂ ਬੇਕਸੂਰ ਹੈ, ਸਾਡਾ ਕੋਈ ਕਸੂਰ ਨਹੀਂ ਰੱਬਾ, ਸਾਡਾ ਕੋਈ ਕਸੂਰ ਨਹੀਂ ਹੈਗਾ। ਚੱਲ ਚਾਚੀ, ਹੁਣ ਤਾਂ ਹੌਸਲਾ ਰੱਖ, ਹੌਸਲਾ ਕਰ, ਹੋਰ ਹੌਸਲਾ ਰੱਖ ਤੂੰ, ਆਹ ਤਾਂ ਵੀਰੇ ਬਹੁਤ ਵਧੀਆ ਕੀਤਾ ਤੇ। ਇਹ ਤਾਂ ਚਾਚੀ ਮੈਂ ਹੀ ਕਿਹਾ ਸੀ ਵੀ ਪਤਾ ਕਰ ਮਾੜਾ ਜਿਹਾ। ਪੁੱਤ ਇਹ ਸਾਨ ਤਾਂ ਮੈਂ ਤੇਰਾ ਕਦੇ ਨਹੀਂ ਭੁੱਲ ਸਕਦੀ, ਜੋ ਤੈਂ ਸਾਡੇ ਵਾਸਤੇ ਕੀਤਾ ਨਾ, ਅੱਜ ਦੇ ਜ਼ਮਾਨੇ 'ਚ ਕੋਈ ਨਹੀਂ ਕਰਦਾ ਕਿਸੇ ਵਾਸਤੇ। ਪੁੱਤ ਤੇਰੀ ਭੈਣ ਬਹੁਤ ਚੰਗੀ ਹੈ, ਬਹੁਤ ਸਿਆਣੀ ਆ ਉਹ। ਬਸ ਕਰ ਵੱਡੀ ਹਮਦਰਦਣ, ਆ ਰੌਣਕ ਲਾਣ ਜਾ ਨਾ ਮੇਰੇ ਘਰੇ ਨਾ ਕਰ, ਤੈਨੂੰ ਸਾਰਾ ਕੁਛ ਮਿਲ ਗਿਆ ਨਾ, ਹੁਣ ਲੰਘਦੀ ਵਾਲੇ ਤੋਂ। ਇਹ ਮੰਮੀ ਰੱਬ ਤੋਂ ਡਰ ਮਾੜਾ ਮੋਟਾ, ਤੂੰ ਐਂ ਬੋਲੀ ਜਾਂਦੀ ਹੈਗੀ, ਅਗਲੇ ਦੀ ਚੀਜ਼ ਅਗਲੇ ਨੂੰ ਮਿਲੀ ਹੈ, ਆਪਣੀ ਤਾਂ ਮੰਮੀ ਆਪਣੇ ਕੋਲ ਰਹਿ ਗਈ। ਇਹ ਨਹੀਂ ਪੁੱਤ ਰੱਬ ਤੋਂ ਡਰਦੇ, ਇਹ ਨਹੀਂ ਰੱਬ ਤੋਂ ਡਰਦੇ ਹੈਗੇ। ਤੁਸੀਂ ਇੰਨਾ ਤਾਂ ਦੇਖ ਲਓ ਵੀ ਇਹਨਾਂ ਦਾ ਹਾਲ ਕੀ ਹੋਇਆ ਪਿਆ, ਵਗ ਜਾਣਗੇ ਕੋਈ ਨਾ, ਜਿਹੜਾ ਬਾੜ ਹੈਗਾ ਉਹ ਤਾਂ ਇਹਨਾਂ ਦੇ ਨੌ ਬੋਲਦਾ ਹੈਗਾ, ਆਹ ਦੇਖ ਲੈ ਇਹਦੇ ਉੱਤੇ ਹੈਗਾ ਸਾਰਾ ਕੁਛ। ਇਹ ਪੁੱਤ ਸ਼ਰੀਫੀ ਨੂੰ ਠੋਕਰਾਂ ਨੇ, ਅਸੀਂ ਤਾਂ ਆਪਣੇ ਕਰਕੇ ਇਹਨਾਂ ਨਾਲ ਸ਼ਰੀਫਾ ਵਾਲਾ ਵਿਹਾਰ ਕਰੀਏ, ਚਾਚੀ ਤਾਂ ਸਾਨੂੰ ਮੰਨਿਆ ਹੀ ਨਹੀਂ ਆਪਾਂ। ਮੇਰੀ ਗੱਲ ਸੁਣ ਚਾਚੀ, ਜਿਹੜਾ ਬਾੜ ਹੈਗਾ ਨਾ ਉਹ ਤੁਹਾਡੇ ਨੌ ਬੋਲਦਾ, ਆਪਣਾ ਘਰ ਪਾ ਲਿਓ ਤੇ ਆਰਾਮ ਨਾਲ ਰਹੋ, ਆਪਾਂ ਆਪਣੇ ਘਰੇ ਰਾਜੀ ਆਪਣੇ ਘਰੇ ਰਾਜੀ, ਇਹਨਾਂ ਦੀ ਚੀਜ਼ ਇਹਨਾਂ ਨੂੰ ਮਿਲ ਗਈ। ਸਹੀ ਗੱਲ ਆ ਕਰਮਜੀਤ, ਗਲਤੀ ਤਾਂ ਮੇਰੀ ਹੈਗੀ, ਮੈਂ ਕਿੰਨਾ ਕੁਛ ਬੋਲੀ ਜਾਂਦੀ ਮੁੰਡੇ ਨੂੰ ਨਾਲੇ ਭੈਣ ਨੂੰ, ਭੈਣ ਨੇ ਕਦੇ ਪਲਟ ਕੇ ਜਵਾਬ ਨਹੀਂ ਦਿੱਤਾ ਹੈਗਾ। ਭੈਣੇ ਮੈਂ ਗੁਨਾਹਦਾਰ ਆਂਗੀ, ਮੈਨੂੰ ਆਪਦੀ ਕੀਤੀ ਦਾ ਪਛਤਾਵਾ ਹੈ। ਕੋਈ ਨਹੀਂ ਮੰਮੀ, ਮੈਂ ਮਾਫੀ ਮੰਗਦੀ ਹਾਂ। ਉਹ ਤਾਂ ਚੱਲ ਠੀਕ ਹੈਗਾ, ਸਮਝ ਆ ਗਈ, ਪਰ ਮੈਂ ਇਹ ਕਹਿੰਦੀ ਹਾਂ ਵੀ ਜਿੰਨ ਤੱਕ ਬਾੜੇ 'ਚ ਇਹਨਾਂ ਦਾ ਮਕਾਨ ਨਹੀਂ ਨਾ ਬਣਦਾ ਹੈਗਾ, ਚਾਚੀ ਉਹਨਾਂ ਨੂੰ ਉਰੀ ਰੱਖ ਲਾ। ਹਾਂ ਹਾਂ ਪੁੱਤ, ਇੱਥੇ ਰੱਖਾਂਗੇ ਆਪਾਂ, ਕੋਈ ਗੱਲ ਨਹੀਂ, ਇਤਨੇ ਹੌਲੀ ਹੌਲੀ ਮਕਾਨ ਤਿਆਰ ਹੋ ਜੂਗਾ। ਤੁਸੀਂ ਤਾਂ ਭੈਣੇ ਜਿਵੇਂ ਕਹੋਗੇ ਮੈਂ ਤਾਂ ਔਕਣੇ ਕਰ ਲੂੰਗੀ, ਪੁੱਤ ਕਰਮਜੀਤ ਜਿਵੇਂ ਤੇਰੀ ਮੰਮੀ ਹੁਣੇ ਕਹਿਣਗੇ ਮੈਂ ਤਾਂ ਔਕਣੇ ਕਰ ਲੂੰਗੀ ਅੱਜ ਵੀ, ਠੀਕ ਹੈ ਪੁੱਤ? ਹਾਂ ਚਲੋ ਐਂ ਕਰੋ ਹੁਣ ਚਾਹ ਪਾਣੀ ਪੀਓ, ਪੂਰੀ ਖੜਤਾ ਤੁਸੀਂ ਤਾਂ ਟਾਈਮ, ਆ ਜਾ ਅੱਜ ਵੀਰੇ ਅੰਦਰ ਆ ਜਾ, ਜਿਉਂਦਾ ਰਹਿ ਮੇਰਾ ਪੁੱਤ, ਤੇਰੀ ਭੈਣ ਨੇ ਅਰਦਾ ਤਾਂ ਮੇਰਾ ਪੁੱਤ ਬਹੁਤਾ ਹੀ ਪੁੰਨ ਖੱਟ ਲਿਆ, ਸ਼ੁਕਰ ਹੈ ਤੁਹਾਡਾ ਪੁੱਤ, ਧੰਨਵਾਦ।